ਪਰਬੁ ਦੇ ਵਚਨ ਦੇ ਵਿੱਚੋਂ ਅਸੀਂ ਪਿਛਲੇ ਹਫ਼ਤੇ ਜੋ ਦੇਖਿਆ ਸੀ ਉਹ ਹੈ ਗਿਫਟਸ ਆਫ ਦ ਹੋਲੀ ਸਪਿਰਿਟ ਪਵਿੱਤਰ ਆਤਮਾ ਜੋ ਆਪਣੇ ਲੋਕਾਂ ਨੂੰ ਗਿਫਟ ਦਿੰਦੀ ਹੈ ਲੇਕਿਨ ਅਗਰ ਤੁਸੀਂ ਆਪਣਾ ਪਿਛਲੇ ਹਫ਼ਤੇ ਦਾ ਧਿਆਨ ਦੇ ਨਾਲ ਦੇਖੋ ਤਾਂ ਉਸ ਦੀਆਂ ਦਾਤਾਂ ਨੂੰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਜਿਹੜੀਆਂ ਗਾਂਹ ਜਾ ਕੇ ਤਿੰਨ ਹਿੱਸਿਆਂ ਦੇ ਵਿੱਚ ਫੇਰ ਵੰਡ ਹੁੰਦੀਆਂ ਪਹਿਲਾ ਹੈ ਜਿਹੜੀਆਂ ਦਾਤਾਂ ਉਸਨੇ ਸਾਡੀ ਬੁੱਧੀ ਦੇ ਵਾਸਤੇ ਸਾਨੂੰ ਦਿੱਤੀਆਂ the gifts of knowing ਉਸ ਤੋਂ ਬਾਅਦ ਹੈ gifts of doing ਜਿਹੜੇ ਸਾਨੂੰ ਕੰਮ ਕਰਨ ਵਾਸਤੇ ਉਸਨੇ ਦਾਤਾਂ ਦਿੱਤੀਆਂ ਉਸ ਤੋਂ ਬਾਅਦ ਹੈ gifts of speaking ਜਿਸ ਲਈ ਬੋਲਣ ਦੇ ਲਈ ਜੜੀਆਂ ਉਸਨੇ ਸਾਨੂੰ ਦਾਤਾਂ ਦਿੱਤੀਆਂ ਅੱਜ ਅਸੀਂ ਆਪਣਾ ਧਿਆਨ ਜਿਹੜਾ ਤੀਸਰਾ ਆ ਉਸ ਦੇ ਉੱਤੇ ਲਾਵਾਂਗੇ ਕਿਉਂਕਿ ਜਿਸ ਵੇਲੇ ਅਸੀਂ ਚੇਲਿਆਂ ਦੇ ਕਿਰਤਾ ਵੱਢਦੇ ਹਾਂ ਤੇ ਇੱਥੋਂ ਪ੍ਰਭੂ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਜਿਸ ਵੇਲੇ ਅਸੀਂ ਇਹ ਬੋਲਣ ਦੀਆਂ ਦਾਤਾਂ ਨੂੰ ਦੇਖਦੇ ਹਾਂ ਤੇ ਇਸ ਨੂੰ ਗਾਂ ਅਸੀਂ ਦੇਖਿਆ ਸੀ ਕਿ ਤਿੰਨ ਤਰੀਕਿਆਂ ਦੇ ਨਾਲ ਵੰਡ ਹੋਇਆ ਪਹਿਲਾ ਹੈ ਤਰ੍ਹਾਂ-ਤਰ੍ਹਾਂ ਦੀਆਂ ਬੋਲੀਆਂ ਜਿਸ ਦੀ ਦਾਤ ਪ੍ਰਭੂ ਪਰਮੇਸ਼ਵਰ ਆਪਣੇ ਲੋਕਾਂ ਨੂੰ ਦਿੰਦਾ ਉਸ ਤੋਂ ਬਾਅਦ ਹੈ ਇੰਟਰਪ੍ਰੀਟੇਸ਼ਨ ਉਲੱਥਾ ਕਰਨ ਦੀ ਦਾਤ ਸਾਡਾ ਪ੍ਰਭੂ ਇਹ ਸ਼ੁਰੂ ਤੋਂ ਆਪਣੇ ਲੋਕਾਂ ਨੂੰ ਦਿੰਦਾ ਆਇਆ ਇਹ ਬਰਕਤ ਆਪਣੇ ਲੋਕਾਂ ਨੂੰ ਦਿੰਦਾ ਆਇਆ ਜਿਸ ਜਿਸ ਵੇਲੇ ਵੀ ਜ਼ਰੂਰਤ ਪਈ ਤਾਂ ਰਾਜਿਆਂ ਮਹਾਰਾਜਿਆਂ ਨੇ ਪ੍ਰਭੂ ਦੇਆਂ ਲੋਕਾਂ ਨੂੰ ਬੁਲਾਇਆ ਉਸ ਦਿਨਾਂ ਦੇ ਆਪਣੇ ਲੋਕ ਕਿਸੇ ਕੰਮ ਦੇ ਨਾਂ ਨਿਕਲੇ ਜਿਸ ਲਈ ਬੁੱਤ ਪ੍ਰਸਤੀ ਕਰਦੇ ਸੀਗੇ ਤਾਂ ਉਹ ਜ਼ਰੂਰ ਆਉਂਦੇ ਸੀਗੇ ਬੁੱਤ ਪ੍ਰਸਤੀ ਦੇ ਵਿੱਚ ਉਹ ਮਾਹਰ ਸੀ ਬਚਨ ਪ੍ਰਭੂ ਦਾ ਦੱਸਦਾ ਕਿ ਉਹ ਮਾਹਰ ਸੀ ਪਰ ਜਿਸ ਵੇਲੇ ਜਿਸ ਵੇਲੇ ਪ੍ਰਭੂ ਦਾ ਆਤਮਾ ਕੁਝ ਬੋਲਦਾ ਸੀ ਜਾਂ ਪ੍ਰਭੂ ਦਾ ਆਤਮਾ ਸੁਪਨੇ ਦੇ ਰਾਈਂ ਕੁਝ ਦਿਖਾਉਂਦਾ ਸੀ ਤਾਂ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਉਸਦੇ ਲਈ ਪ੍ਰਭੂ ਨੇ ਆਪਣੇ ਲੋਕਾਂ ਨੂੰ ਵਰਤਿਆ ਉਸਦੇ ਲਈ ਪ੍ਰਭੂ ਤੁਹਾਨੂੰ ਵਰਤ ਵਰਤੇਗਾ ਅਗਰ ਅਸੀਂ ਉਹਦੇ ਕੋਲ ਇੱਕ ਗਿਫਟ ਮੰਗਾ ਗਏ ਸਾਡੀ ਸਾਰੀ ਉਮਰ ਨਿਕਲ ਜਾਂਦੀ ਕਿ ਅਸੀਂ ਆਪਣੇ ਮਨਾਂ ਦੀਆਂ ਗੱਲਾਂ ਪ੍ਰਭੂ ਦੇ ਨਾਲ ਕਰਦੇ ਰਹਿੰਨੇ ਆ ਆਪਣੀਆਂ ਮਨਮਾਨੀਆਂ ਉਸ ਤੋਂ ਮੰਗਦੇ ਰਹਿੰਨੇ ਆ ਸਾਡੇ ਕੋਲ ਸਾਡੀ ਛੋਟੀ ਜੀ ਪ੍ਰੋਬਲਮ ਹੁੰਦੀ ਹੈ ਉਸਦੇ ਨਾਲ ਅਸੀਂ ਧਿਆਨ ਲਾ ਕੇ ਬਸ ਉਹ ਹੀ ਪ੍ਰਭੂ ਤੋਂ ਮੰਗਦੇ ਰਹਿੰਨੇ ਆ ਔਰ ਆਪਣਾ ਸਾਰਾ ਸਮਾਂ ਵਿਅਰਥ ਕਰ ਲੈਂਦੇ ਆ ਲੈਕਿਨ ਪ੍ਰਭੂ ਨੇ ਜਿਹੜੀਆਂ ਮੰਗਣ ਵਾਲੀਆਂ ਚੀਜ਼ਾਂ ਦਿੱਤੀਆਂ ਉਹ ਇਹ ਆ ਸੀ ਸਾਰੀ ਉਮਰ ਇਹੋ ਹੀ ਮੰਗਦੇ ਰਹੇ ਨੇ ਕਿ ਪ੍ਰਭੂ ਜੀ ਤੂੰ ਮੇਰੇ ਭਰਾ ਨੂੰ ਹੀਲ ਕਰ ਪਰ ਇਹ ਨਹੀਂ ਮੰਗਦੇ ਕਿ ਤੇਰੇ ਗਿਫਟਾਂ ਦੇ ਵਿੱਚ ਇੱਕ ਹੀਲਿੰਗ ਦਾ ਗਿਫਟ ਵੀ ਆ ਤੂੰ ਮੈਨੂੰ ਦੇ ਤਾਂ ਕਿ ਮੈਂ ਆਪਣੇ ਭਰਾ ਦੇ ਲਈ ਦੁਆ ਕਰਾਂ ਤੇ ਉਹ ਹੀਲ ਹੋਵੇ ਇਹ ਨਹੀਂ ਮੰਗਦੇ ਇਹ ਮੰਗੋ ਮੰਗਣ ਵਾਲੀ ਚੀਜ਼ ਮੰਗੋ ਜਿਹੜੀ ਚੀਜ਼ ਅੱਜ ਅਸੀਂ ਦੇਖਣ ਜਾਣੇ ਉਹ ਹੈ ਪ੍ਰਭੂ ਦੇ ਜਿਹੜੀਆਂ ਦਾਤਾਂ ਉਸਨੇ ਸਾਨੂੰ ਦਿੱਤੀਆਂ ਬੋਲਣ ਦੇ ਲਈ ਦਾਤਾਂ ਦਿੱਤੀਆਂ ਔਰ ਉਸ ਤੋਂ ਬਾਅਦ ਜਿਹੜਾ ਤੀਸਰਾ ਹਿੱਸਾ ਹੈ ਉਹ ਹੈ ਭਵਿੱਖ ਬਾਣੀ। ਕੋ ਇੱਕ ਬਾਣੀ। ਅੱਜ ਦੇ ਵਚਨ ਨੂੰ ਮੈਂ ਪਿੱਛੇ ਲੈ ਕੇ ਜਾਊਂਗਾ ਪੁਰਾਣੇ ਨਜ਼ਮ ਦੇ ਵਿੱਚ ਵੀ। ਉਹਦਾ ਰੀਜ਼ਨ ਇਹ ਹੈ ਕਿ ਸਾਡੇ ਵਿੱਚ ਤਰ੍ਹਾਂ-ਤਰ੍ਹਾਂ ਦੇ ਗਰੁੱਪ ਪੈਦਾ ਹੋ ਗਏ ਜਿਨ੍ਹਾਂ ਨੇ ਜਿਹੜੇ ਕਹਿੰਦੇ ਕਿ ਜੀ ਉਹ ਪੁਰਾਣਾ ਨਜ਼ਮ ਪੜਦਾ ਹੀ ਨਹੀਂ। ਔਰ ਉਸ ਕਹਿੰਦੇ ਹੈਗੇ ਕਿ ਸਭ ਕੁਝ ਹੈਗਾ ਹੀ ਨਵੇਂ ਨਜ਼ਮ ਦੇ ਵਿੱਚ। ਨਹੀਂ। ਪ੍ਰਾਣੇ ਨਿਯਮ ਦੇ ਵਿੱਚ ਪ੍ਰਭੂ ਨੇ ਉਹ ਸਾਰੇ ਗਿਫਟ ਆਪਣਿਆਂ ਲੋਕਾਂ ਨੂੰ ਬਖਸ਼ੇ ਆਓ ਅਸੀਂ ਪ੍ਰਭੂ ਦਾ ਬਚਨ ਜਿੱਥੋਂ ਸ਼ੁਰੂ ਕਰਾਂਗੇ ਉਤਪਤੀ ਪੋਥੀ ਤੋਂ ਉਸ ਦਾ 41ਵਾਂ ਭਾਗ ਕੱਢੋ ਜੈਨੇਸਿਸ ਚੈਪਟਰ 41 ਜੈਨੇਸਿਸ ਚੈਪਟਰ 41 ਔਰ ਇਸ ਨੂੰ ਧਿਆਨ ਦੇ ਨਾਲ ਦੇਖਾਂਗੇ ਕਿ ਇਸ ਦੇ ਵਿੱਚ ਪ੍ਰਭੂ ਨੇ ਕਿਹੜਾ ਕੰਮ ਕੀਤਾ ਕਿਸ ਤਰ੍ਹਾਂ ਕੰਮ ਕੀਤਾ ਔਰ ਇੱਥੇ ਅਸੀਂ ਯੂਸਫ ਦੇ ਬਾਰੇ ਪੜ੍ਹਦੇ ਹਾਂ ਯੂਸਫ ਦੇ ਭਰਾਵਾਂ ਨੇ ਉਸ ਨੂੰ ਵੇਚ ਦਿੱਤਾ ਔਰ ਉਹ ਐਸ ਵੇਲੇ ਜੇਲ੍ਹ ਦੇ ਵਿੱਚ ਬੈਠਾ ਜੇਲ੍ਹ ਦੇ ਵਿੱਚ ਦੋ ਅਧਿਕਾਰੀ ਬੈਠੇ ਆ ਜਿਨ੍ਹਾਂ ਦੇ ਉਸ ਨੇ ਸੁਪਨਾ ਦੱਸਿਆ ਦੋਨਾਂ ਨੂੰ ਹੀ ਸੁਪਨਾ ਆਇਆ ਉਹਨੇ ਦੋਨਾਂ ਦੇ ਅਰਥ ਦੱਸੇ ਆ ਉਹਨਾਂ ਨੇ ਦੋਨਾਂ ਨੂੰ ਕਿਹਾ ਉਹਨੂੰ ਕਿਹਾ ਜਿਹੜਾ ਜਿਹਦਾ ਸੁਪਨਾ ਜੇ ਜਿਸ ਨੂੰ ਬਰਕਤ ਮਿਲਣੀ ਸੀ ਉਸ ਨੂੰ ਕਿਹਾ ਕਿ ਮੈਨੂੰ ਯਾਦ ਰੱਖੀ ਮੈਂ ਇਸ ਜੇਲ ਦੇ ਵਿੱਚ ਬੈਠਾ ਮੈਂ ਕੋਈ ਗੁਨਾਹ ਨਹੀਂ ਕੀਤਾ ਮੈਨੂੰ ਯਾਦ ਰੱਖੀ ਉਹਦਾ ਜੇਲ ਤੋਂ ਬਾਹਰ ਪੈਰ ਪਿਆ ਨਹੀਂ ਤਾਂ ਉਹ ਭੁੱਲਾ ਨਹੀਂ ਉਹ ਭੁੱਲ ਗਿਆ ਹੁਣ ਉੱਥੇ ਦੇ ਰਾਜਾ ਨੂੰ ਇਹ ਸੁਪਨਾ ਆਇਆ ਜਿਸ ਦੇ ਵਿੱਚ ਉਸ ਨੇ 7 ਗਾਂਹਾਂ ਦੇਖੀਆਂ ਔਰ ਉਹ ਬਹੁਤ ਤਕੜੀਆਂ ਔਰ ਨੀਲ ਦਰਿਆ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਲੇਕਿਨ ਅਗਲੇ ਪਾਹਲੋ ਆਪਣੇ ਸੁਪਨੇ ਦੇ ਵਿੱਚ ਦੇਖਦਾ ਪਿਆ ਕਿ ਉਹਦੇ ਤੋਂ ਸੁੱਕੀਆਂ ਸੜੀਆਂ ਗਾਈਆਂ ਨਿਕਲੀਆਂ ਜਿਨ੍ਹਾਂ ਨੇ ਉਹ ਤਕੜੀਆਂ ਗਾਈਆਂ ਨੂੰ ਖਾ ਲਿਆ ਫਿਰ ਉਹ ਦੇਖਦਾ ਕਿ ਉਸਨੇ 7 ਸਿੱਟੇ ਦੇਖੇ ਆ ਜਿਹੜੇ ਅਨਾਜ ਦੇ ਨਾਲ ਭਰੇ ਪਏ ਆ ਔਰ ਫਿਰ ਉਹ ਦੇਖਦਾ ਕਿ 7 ਏਦਾਂ ਦੇ ਸਿੱਟੇ ਉਹ ਦੇਖਦਾ ਪਿਆ ਜਿਨ੍ਹਾਂ ਨੇ ਉਹ ਪਹਿਲਿਆਂ ਨੂੰ ਵੀ ਖਾ ਲਿਆ ਔਰ ਬਹੁਤ ਪਰੇਸ਼ਾਨ ਉਸਨੇ ਆਪਣੇ ਸਾਰੇ ਜਾਦੂਗਰ ਸਾਰੇ ਤਰ੍ਹਾਂ ਦੇ ਜੋ ਵੀ ਜੋ ਵੀ ਗਿਆਨ ਰੱਖਣ ਵਾਲੇ ਸੀ ਸਾਰੇ ਸੱਦੇ ਪਰ ਕੋਈ ਵੀ ਉਸ ਦਾ ਜਵਾਬ ਸਹੀ ਨਹੀਂ ਦੇ ਸਕਿਆ ਕੋਈ ਵੀ ਐਸਾ ਜਵਾਬ ਨਹੀਂ ਦੇ ਸਕਿਆ ਜਿਸ ਦੇ ਨਾਲ ਰਾਜਾ ਦੇ ਮਨ ਨੂੰ ਸ਼ਾਂਤੀ ਪਰਮੇਸ਼ਵਰ ਵੱਲੋਂ ਹੁੰਦੀ ਕਿ ਹਾਂ ਇਸ ਦਾ ਜਵਾਬ ਸਹੀ ਹੈ ਔਰ ਇਸ ਵੇਲੇ ਅਸੀਂ ਦੇਖਦੇ ਹਾਂ ਕਿ ਉਹ ਸੇਵਾਦਾਰ ਜਿਸ ਨੇ ਕਿਆਸ ਕਾ ਕੇ ਯੂਸਫ ਨੂੰ ਨੇ ਜਿਸ ਨੂੰ ਕਿਆਸ ਕਾ ਕੇ ਮੈਨੂੰ ਯਾਦ ਰੱਖੀ ਜਿਸ ਵੇਲੇ ਉਹ ਹੁਣ ਬਾਹਰ ਆਇਆ ਜਿਸ ਵੇਲੇ ਉਹ ਰਾਜੇ ਨੂੰ ਕਬਰਾਇਆ ਹੋਇਆ ਦੇਖ ਰਿਹਾ ਤੇ ਉਹ ਰਾਜਾ ਦੇ ਕੋਲ ਗਿਆ ਔਰ ਨੌਵੀਂ ਆਇਤ ਤੋਂ ਅਸੀਂ ਦੇਖਾਂਗੇ ਇੰਨੇ ਵਿੱਚ ਰਾਜਾ ਦਾ ਇੱਕ ਸੇਵਾਦਾਰ ਉਸ ਦੇ ਕੋਲ ਆਇਆ ਤੇ ਬੋਲਿਆ ਮਹਾਰਾਜ ਮੈਨੂੰ ਮਾਫ ਕਰਨਾ ਮੈਥੋਂ ਗਲਤੀ ਹੋ ਗਈ ਇੱਕ ਵਾਰ ਤੁਸੀਂ ਇਸ ਸੇਵਾਦਾਰ ਅਤੇ ਆਪਣੇ ਰਸੋਈਏ ਦੇ ਨਾਲ ਕਿਸੇ ਕਿਸੇ ਗੱਲੋਂ ਗੁੱਸੇ ਹੋ ਗਏ ਸਾਓ ਉਸ ਸਮੇਂ ਤੁਸੀਂ ਸਾਨੂੰ ਮਹਿਲ ਦੇ ਕਪਤਾਨ ਦੀ ਕੈਦ ਦੇ ਵਿੱਚ ਬੰਦ ਕਰ ਦਿੱਤਾ ਸੀ ਉੱਥੇ ਹੀ ਇੱਕ ਰਾਤ ਸਾਨੂੰ ਦੋਹਾਂ ਨੂੰ ਸੁਪਨੇ ਸੁਪਨੇ ਆਏ ਜਿਨ੍ਹਾਂ ਵਿੱਚ ਜਿਨ੍ਹਾਂ ਦੇ ਵੱਖ-ਵੱਖ ਅਰਥ ਸੀ ਪਰ ਕੈਦ ਦੇ ਵਿੱਚ ਸਾਡੇ ਨਾਲ ਉਸ ਵੇਲੇ ਕਪਤਾਨ ਦਾ ਨੌਕਰ ਇੱਕ ਇਬਰਾਨੀ ਜਵਾਨ ਵੀ ਜਵਾਨ ਵੀ ਸੀ ਅਸੀਂ ਆਪਣੇ ਸੁਪਨੇ ਉਸ ਨੂੰ ਦੱਸੇ ਸਨ ਉਸ ਇਬਰਾਨੀ ਨੇ ਸਾਡੇ ਸੁਪਨਿਆਂ ਦਾ ਅਰਥ ਦੱਸਿਆ ਪਿੱਛੇ ਸਾਡੇ ਦੋਹਾਂ ਦੇ ਨਾਲ ਠੀਕ ਉਸੇ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਉਸਨੇ ਦੱਸਿਆ ਸੀ ਅਰਥਾਤ ਮੈਨੂੰ ਫਿਰ ਤੁਹਾਡੀ ਸੇਵਾ ਦਾ ਕੰਮ ਮਿਲ ਗਿਆ ਅਤੇ ਰਸੋਈਏ ਨੂੰ ਫਾਂਸੀ ਆਪਣੇ ਸੇਵਾਦਾਰ ਦੀ ਗੱਲ ਸੁਣ ਕੇ ਫਰਾਉਨ ਨੇ ਤੁਰੰਤ ਯੂਸਫ ਨੂੰ ਕੈਦ ਵਿੱਚੋਂ ਆਪਣੇ ਕੋਲ ਲਿਆਉਣ ਦਾ ਹੁਕਮ ਦਿੱਤਾ ਇਸ ਲਈ ਯੂਸਫ ਨੂੰ ਨਹਾ ਤਵਾ ਕੇ ਅਤੇ ਸਾਫ ਕਪੜੇ ਪਵਾ ਕੇ ਰਾਜਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਰਾਜਾ ਫਰਾਉਨ ਨੇ ਯੂਸਫ ਨੂੰ ਕਿਹਾ ਮੈਨੂੰ ਦੋ ਸੁਪਨੇ ਆਏ ਹਨ ਪਰ ਮੈਨੂੰ ਕੋਈ ਵੀ ਉਹਨਾਂ ਦਾ ਅਰਥ ਨਹੀਂ ਦੱਸ ਸਕਿਆ ਹੈ। ਮੈਨੂੰ ਪਤਾ ਹੈ ਲੱਗਾ ਹੈ ਕਿ ਤੂੰ ਸੁਪਨੇਆਂ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈ। ਯੂਸਫ ਨੇ ਉੱਤਰ ਦਿੱਤਾ ਮਹਾਰਾਜ ਮੈਂ ਨਹੀਂ ਸਕੋ ਪਰਮੇਸ਼ਵਰ ਮਹਾਰਾਜ ਦੇ ਸੁਪਨੇਆਂ ਦਾ ਪੂਰਾ ਪੂਰਾ ਅਰਥ ਪ੍ਰਗਟ ਕਰੇਗਾ। ਐਂ ਦੱਸ ਤੱਕੀ ਵਰਸ 16 4116 ਇਸ ਦਕੀ ਕਿਉਂਕਿ ਉਸਨੇ ਇਹ ਨਹੀਂ ਕਿਹਾ ਤੂੰ ਦੱਸ ਤੇ ਮੈਂ ਤੈਨੂੰ ਅਰਥ ਦੱਸਦਾ ਉਸਨੇ ਆਪਣੇ ਗਿਫਟ ਦੇ ਉੱਤੇ ਮਾਣ ਨਹੀਂ ਕੀਤਾ ਕਿਉਂਕਿ ਉਹ ਪਰਮੇਸ਼ਵਰ ਦਾ ਗਿਫਟ ਸੀ ਇਟ ਵਾਸ ਨਾਟ ਅ ਜੋਸਫ ਦਾ ਗਿਫਟ ਨਹੀਂ ਸੀ ਪਰਮੇਸ਼ਵਰ ਦਾ ਗਿਫਟ ਸੀ ਪਰਮੇਸ਼ਵਰ ਮਹਾਰਾਜ ਦੇ ਸੁਪਨਿਆਂ ਦਾ ਪੂਰਾ ਪੂਰਾ ਅਰਥ ਪ੍ਰਗਟ ਕਰੇਗਾ ਰਾਜਾ ਨੇ ਕਿਹਾ ਮੈਸੂਫ ਨੇ ਵਿੱਚ ਨੀਲ ਨਦੀ ਦੇ ਕੰਢੇ ਖੜਾ ਸਾਂ ਮੈਂ ਦੇਖਿਆ ਕਿ ਸੱਤ ਤਕੜੀਆਂ ਗਾਈਆਂ ਨਦੀ ਚੋਂ ਬਾਹਰ ਆਈਆਂ ਅਤੇ ਜੋ ਬਾਹਰ ਆ ਕੇ ਕੰਢੇ ਤੇ ਹਰਾ ਘਾਹ ਚੁਗਣ ਲੱਗ ਪਈਆਂ ਇਹਨਾਂ ਦੇ ਪਿੱਛੇ ਸੱਤ ਹੋਰ ਗਾਈਆਂ ਨਦੀ ਦੇ ਵਿੱਚੋਂ ਨਿਕਲੀਆਂ ਜੋ ਮਾੜੀਆਂ ਤੇ ਕਰੂਪ ਸਨ ਮੈਂ ਇਹਨਾਂ ਵਰਗੀਆਂ ਮਾੜੀਆਂ ਗਾਈਆਂ ਪੂਰੇ ਮਿਸਰ ਵਿੱਚ ਨਹੀਂ ਦੇਖੀਆਂ ਸਨ ਪਰ ਮਾੜੀਆਂ ਗਾਈਆਂ ਨੇ ਦੇਖਦਿਆਂ ਹੀ ਦੇਖਦਿਆਂ ਤਕੜੀਆਂ ਸੱਤਾਂ ਨੂੰ ਨਿਕਲ ਗਈਆਂ ਪਰ ਉਹ ਮਾੜੀਆਂ ਗਾਈਆਂ ਪਹਿਲੇ ਦੀ ਤਰ੍ਹਾਂ ਹੀ ਸੁੱਕੀਆਂ ਦਿਖਾਈ ਦੇ ਰਹੀਆਂ ਸਨ ਤਦ ਮੇਰੀ ਜਾਗ ਖੁੱਲ ਗਈ ਫਿਰ ਮੈਂ ਦੂਜਾ ਸੁਪਨਾ ਦੇਖਿਆ ਜਿਸ ਦੇ ਵਿੱਚ ਸੱਤ ਸਿੱਟੇ ਦਾਣੇ ਨਾਲ ਭਰੇ ਦੇਖੇ ਇਹਨਾਂ ਦੇ ਪਿੱਛੋਂ ਸੱਤ ਸਿੱਟੇ ਸੂਰੀ ਦੀ ਤੁੱਪ ਨਾਲ ਸੜੇ ਹੋਏ ਨਿਕਲੇ ਪਰ ਪਿਛਲੇ ਸੱਤ ਸੜੇ ਸਿੱਟਿਆਂ ਨੇ ਪਹਿਲੇ ਭਰੇ ਹੋਏ ਸਿੱਟਿਆਂ ਨੂੰ ਨਿਗਲ ਲਿਆ ਮੈਂ ਆਪਣੇ ਸੁਪਨੇ ਵਿੱਚ ਆਪਣੇ ਸੁਪਨੇ ਆਪਣੇ ਸਭ ਜਾਦੂਗਰਾਂ ਨੂੰ ਦੱਸੇ ਪਰ ਕੋਈ ਮੈਨੂੰ ਇਹਨਾਂ ਦਾ ਅਰਥ ਨਾ ਦੱਸ ਸਕਿਆ ਯੂਸਫ ਨੇ ਉੱਤਰ ਦਿੱਤਾ ਦੋਹਾਂ ਸੁਪਨਿਆਂ ਦਾ ਅਰਥ ਇੱਕੋ ਹੀ ਹੈ ਪਰਮੇਸ਼ਵਰ ਨੇ ਤੁਹਾਨੂੰ ਅੱਗੇ ਹੋਣ ਵਾਲਾ ਪਹਿਲਾਂ ਹੀ ਦੱਸ ਦਿੱਤਾ ਹੈ ਸੱਤ ਤਕੜੀਆਂ ਸੁੰਦਰ ਗਾਇਆਂ ਜਿਨ੍ਹਾਂ ਦਾ ਅਰਥ ਹੈ 7 ਸਾਲ ਅਤੇ ਸੱਤ ਪੱਕੇ ਹੋਏ ਸਿੱਟੀਆਂ ਦਾ ਵੀ ਇਹੋ ਹੀ ਅਰਥ ਹੈ ਔਰ ਇਸੇ ਤਰ੍ਹਾਂ ਸੱਤ ਮਾੜੀਆਂ ਗਾਇਆਂ ਅਤੇ ਸੱਤ ਸੜੇ ਹੋਏ ਸਿੱਟੇ ਜੋ ਤੁਸੀਂ ਜੋ ਤੁਸੀਂ ਦੇਖੇ ਹਨ 7 ਸਾਲ ਹਨ ਇਹ ਸਭ ਉਸੇ ਅਨੁਸਾਰ ਹੈ ਜੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਪਰਮੇਸ਼ਰ ਨੇ ਪਹਿਲਾਂ ਹੀ ਤੁਹਾਡੇ ਉੱਤੇ ਪ੍ਰਗਟ ਕਰ ਦਿੱਤਾ ਹੈ ਕਿ ਅੱਗੇ ਕੀ ਹੋਵੇਗਾ ਤੁਹਾਡੇ ਦੇਸ਼ ਤੇ ਅਗਲੇ 7 ਸਾਲ ਬਹੁਤ ਚੰਗੇ ਆਉਣ ਵਾਲੇ ਹਨ ਇਹਨਾਂ ਵਿੱਚ ਤੁਹਾਡੀ ਧਰਤੀ ਤੇ ਬੇਅੰਤ ਪੈਦਾਵਾਰ ਹੋਵੇਗੀ ਪਰ ਪਿੱਛੋਂ ਇਹਨਾਂ ਤੋਂ ਅਗਲੇ ਸਾਲ 7 7 ਭਿਆੰਕਰ ਅਕਾਲ ਦੇ ਸਾਲ ਭयंकर ਕਾਲ ਦੇ ਹੋਣਗੇ ਜਿਨ੍ਹਾਂ ਵਿੱਚ ਮਿਸਰ ਦੇ ਲੋਕ ਪਹਿਲੇ ਚੰਗੇ ਸੱਤਾਂ ਸਾਲਾਂ ਨੂੰ ਭੁੱਲ ਜਾਣਗੇ ਅਕਾਲ ਦੇ ਨਾਲ ਸਾਰਾ ਦੇਸ਼ ਬੇਰਾਨ ਹੋ ਜਾਵੇਗਾ ਇਹ ਅਕਾਲ ਇੰਨਾ ਭयंकर ਹੋਏਗਾ ਕਿ ਪਹਿਲੇ ਚੰਗੇ ਸਾਲਾਂ ਚੰਗੇ ਸਾਲ ਲੋਕ ਲੋਕਾਂ ਦੀ ਯਾਦ ਵਿੱਚੋਂ ਬਿਲਕੁਲ ਨਿਕਲ ਜਾਣਗੇ ਸੋ ਇੱਕੋ ਅਰਥ ਨੇ ਦੋਹਾਂ ਸੁਪਨਿਆਂ ਦਾ ਅਰਥ ਹੈ ਕਿ ਪਰਮੇਸ਼ਰ ਨੇ ਇਹ ਸਭ ਕੁਝ ਹੋਣ ਤੋਂ ਪਹਿਲਾਂ ਹੀ ਠਹਿਰਾ ਦਿੱਤਾ ਹੈ ਅਤੇ ਇਹ ਸਭ ਕੁਝ 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 ਹੀ ਸਮੇਂ ਦੇ ਵਿੱਚ ਸਮੇਂ ਕੁਝ ਸਮੇਂ ਸਿਰ ਹੀ ਵਾਪਰੇਗਾ ਮਹਾਰਾਜ ਤੁਸੀਂ ਆਪਣੇ ਕਿਸੇ ਇਹੋ ਜਿਹੇ ਆਦਮੀ ਨੂੰ ਮਿਸਰ ਦਾ ਹਾਕਮ ਚੁਣੋ ਜੋ ਬੁੱਧੀ ਦੇ ਨਾਲ ਭਰਪੂਰ ਹੋਵੇ ਇਸ ਦੇ ਨਾਲ ਹੀ ਤੁਸੀਂ ਇਹੋ ਜਿਹੇ ਅਧਿਕਾਰੀ ਸਾਰੇ ਦੇਸ਼ ਵਿੱਚ ਰੱਖੋ ਜੋ ਇਹਨਾਂ ਆਉਣ ਵਾਲੇ 7 ਸਾਲਾਂ ਵਿੱਚ ਲੋਕਾਂ ਕੋਲੋਂ ਉਹਨਾਂ ਦੀ ਸਾਰੀ ਉਪਜ ਦਾ ਪੰਜਵਾਂ ਹਿੱਸਾ ਇਕੱਠਾ ਕਰਨ ਇੱਕ ਸਭ ਕੰਮ ਤੁਹਾਡੀ ਆਪਣੀ ਦੇਖਭਾਲ ਦੇ ਵਿੱਚ ਹੋਣਾ ਚਾਹੀਦਾ ਹੈ ਤੁਸੀਂ ਇਹ ਅਨਾਜ ਸ਼ਹਿਰ ਦੇ ਵਿੱਚ ਇਕੱਠਾ ਕਰਵਾ ਕੇ ਇਸ ਤੇ ਪੈਰਾ ਰੱਖ ਦੇਵੋ ਇਹ ਇਕੱਠਾ ਕੀਤਾ ਹੋਇਆ ਅਨਾਜ ਮਿਸਰ ਦੇ ਲੋਕਾਂ ਅਤੇ ਉਸ ਸਮੇਂ ਕੰਮ ਆਵੇਗਾ ਜਦੋਂ ਇੱਥੇ ਸੱਤਾਂ ਸਾਲਾਂ ਦੇ ਲਈ ਅਕਾਲ ਪਵੇਗਾ ਇਹ ਉਸ ਸਮੇਂ ਲੋਕਾਂ ਦੀ ਲੋਕਾਂ ਨੂੰ ਭੁੱਖੇ ਮਰਨ ਤੋਂ ਬਚਾਵੇਗਾ ਫਰਾਉਨ ਅਤੇ ਉਸਦੇ ਸਭ ਮੰਤਰੀਆਂ ਨੂੰ ਯੂਸਫ ਦੀ ਯੋਜਨਾ ਬਹੁਤ ਚੰਗੀ ਲੱਗੀ ਇਹ ਰਾਜਾ ਇਸ ਲਈ ਰਾਜਾ ਨੇ ਮੰਤਰੀਆਂ ਨੂੰ ਕਿਹਾ ਸਾਨੂੰ ਇਸ ਤੋਂ ਚੰਗਾ ਆਦਮੀ ਕਿੱਥੋਂ ਮਿਲ ਸਕਦਾ ਹੈ ਜਿਸ ਦੇ ਵਿੱਚ ਪਰਮੇਸ਼ਵਰ ਦਾ ਜਿਸ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਹੋਵੇ ਜਿਸ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਹੋਵੇ ਫਿਰ ਰਾਜੇ ਨੇ ਯੂਸਫ ਨੂੰ ਕਿਹਾ ਪਰਮੇਸ਼ਵਰ ਨੇ ਇਹ ਸਭ ਭੇਤ ਤੇਰੇ ਤੇ ਪ੍ਰਗਟ ਕੀਤੇ ਹਨ ਅਤੇ ਤੇਰੇ ਤੋਂ ਬੁੱਧੀਮਾਨ ਤੇਰੇ ਤੋਂ ਬੁੱਧੀਮਾਨ ਸਾਨੂੰ ਹੋਰ ਆਦਮੀ ਨਹੀਂ ਮਿਲ ਸਕਦਾ ਹੈ ਇਸ ਲਈ ਮੈਂ ਤੈਨੂੰ ਹੀ ਆਪਣੀ ਪਰਜਾ ਦਾ ਹਾਕਮ ਬਣਾਉਂਦਾ ਹਾਂ ਸਭ ਲੋਕ ਤੇਰਾ ਹੁਕਮ ਮੰਨਣਗੇ ਮੈਂ ਕੇਵਲ ਤੇਰੇ ਤੋਂ ਉੱਤੇ ਰਾਜਾ ਦੇ ਰੂਪ ਵਿੱਚ ਹੀ ਹੋਵਾਂਗਾ ਮੈਂ ਤੇਰੇ ਤੋਂ ਉੱਤੇ ਰਾਜਾ ਦੇ ਰੂਪ ਦੇ ਵਿੱਚ ਹੀ ਹੋਵਾਂਗਾ ਨਾ ਥਿੰਕ ਅਬਾਊਟ ਉਹ ਜਿਹੜੇ ਸਾਰੇ ਜਾਦੂਗਰ ਉੱਥੇ ਮੋਰੇ ਖੜੇ ਆ ਉਹ ਸਾਰੇ ਮੰਤਰੀ ਉੱਥੇ ਜਿਹੜੇ ਖੜੇ ਆ ਇਹ ਬੰਦਾ ਹਾਲੇ ਹੁਣੇ ਜੇਲ੍ਹ ਦੇ ਵਿੱਚੋਂ ਨਿਕਲ ਕੇ ਆ ਰਿਹਾ ਪਰਮੇਸ਼ਰ ਕਦੀ ਵੀ ਕਿਸੇ ਨੂੰ ਉੱਚਾ ਉਠਾਲਣ ਦੇ ਵਿੱਚ ਸਮਾਂ ਨਹੀਂ ਲਾਉਂਦਾ ਸਮਾਂ ਨਹੀਂ ਲਾਉਂਦਾ ਐਜ਼ ਲੌਂਗ ਐਸ ਵਚਨ ਚ ਕੀ ਲਿਖਿਆ ਅਸੀਂ ਪਰਮੇਸ਼ਰ ਨੂੰ ਉਸ ਦਾ ਮਾਣ ਦਿੰਦੇ ਰਹੀਏ ਯੂਸਫ ਨੇ ਪਰਮੇਸ਼ਵਰ ਨੂੰ ਉਸ ਦਾ ਮਾਣ ਰਾਜਾ ਦੇ ਸਾਹਮਣੇ ਦਿੱਤਾ ਫਰਾਉਨ ਦੇ ਸਾਹਮਣੇ ਕੋਈ ਪਰਮੇਸ਼ਵਰ ਦਾ ਨਾਂ ਨਹੀਂ ਸੀ ਲੈ ਸਕਦਾ ਕਿਉਂਕਿ ਫਰਾਉਨ ਆਪਣੇ ਆਪ ਨੂੰ ਪਰਮੇਸ਼ਵਰ ਕਹਿੰਦੇ ਸੀ ਉਹ ਆਪਣੇ ਆਪ ਨੂੰ ਪਰਮੇਸ਼ਵਰ ਕਹਿੰਦੇ ਸੀ ਕਿ ਅਸੀਂ ਪਰਮੇਸ਼ਵਰ ਉਸ ਦੇ ਸਾਹਮਣੇ ਇਹ ਕਿਹਾ ਕਿ ਤੇਰੇ ਕੋਲ ਇਸ ਦਾ ਜਵਾਬ ਹੈ ਨਹੀਂਗਾ ਪਰ ਪਰਮੇਸ਼ਵਰ ਤੈਨੂੰ ਇਸ ਦਾ ਜਰੂਰ ਜਵਾਬ ਦੇਗਾ ਉਹ ਇਸ ਦਾ ਅਰਥ ਜਰੂਰ ਦੱਸੇਗਾ ਤੁਸੀਂ ਦੇਖਦੇ ਪਏ ਕਿ ਕਿਸ ਤਰ੍ਹਾਂ ਪਰਮੇਸ਼ਵਰ ਦਾ ਆਤਮਾ ਇੱਕ ਗਿਫਟ ਦਿੰਦਾ ਕਿ ਤੁਸੀਂ ਆਉਣ ਵਾਲੇ ਸਮੇਂ ਨੂੰ ਦੇਖ ਸਕੋ ਉਹ ਸਾਨੂੰ ਗਿਫਟ ਦਿੰਦਾ ਕਿ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਜੋ ਤਰ੍ਹਾਂ ਤਰ੍ਹਾਂ ਦੇ ਜੋ ਸਮੇਂ ਆ ਸਮੇਂ ਸਮੇਂ ਸਿਰ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਆ ਉਹ ਦਿੰਦਾ ਉਹ ਸਾਨੂੰ ਬੋਲਣ ਦੀ ਤਾਕਤ ਦਿੰਦਾ ਇਸ ਨੂੰ ਬੋਲਣ ਦੀ ਉਸਨੇ ਤਾਕਤ ਦਿੱਤੀ ਰਾਜਾ ਦੇ ਸਾਹਮਣੇ ਔਰ ਦੇਖੋ ਪ੍ਰਭੂ ਨੇ ਕਿਸ ਤਰ੍ਹਾਂ ਬੁੱਧ ਦੇ ਆਤਮਾ ਦੇ ਨਾਲ ਉਸ ਨੂੰ ਉੱਚਾ ਉਠਾਇਆ ਉਸ ਨੂੰ ਨਮਰਤਾ ਦਿੱਤੀ ਬੋਲਣ ਦੇ ਲਈ ਉਸ ਨੂੰ ਸ਼ਬਦ ਦਿੱਤੇ ਬੋਲਣ ਦੇ ਲਈ ਪ੍ਰਭੂ ਇਹ ਗਿਫਟ ਸਾਨੂੰ ਦੇਣੇ ਮੰਗਦਾ ਆ ਜੇ ਅਸੀਂ ਇਹਨਾਂ ਗਿਫਟਾਂ ਨੂੰ ਮੰਗੀਏ ਤਾਂ ਪ੍ਰਭੂ ਦਾ ਬਚਨ ਕਹਿੰਦਾ ਮੰਗਣ ਤੇ ਇਹ ਚੀਜ਼ਾਂ ਉਹ ਦਿੰਦਾ ਉਸ ਤੋਂ ਮੰਗੋ ਕਿ ਮੈਨੂੰ ਇਹ ਗਿਫਟ ਦੇ ਪ੍ਰਭੂ ਮਾਲਕ ਮੈਨੂੰ ਇਹ ਗਿਫਟ ਦੇ ਪਵਿੱਤਰ ਆਤਮਾ ਦੇ ਰਾਹੀ ਉਸ ਮਦਦਗਾਰ ਦੇ ਰਾਹੀ ਤੂੰ ਇਹ ਗਿਫਟ ਨਿਸ਼ਾਵਰ ਕੀਤੇ ਆ ਤੂੰ ਨਾ ਗਿਫਟਾਂ ਦੀ ਪੂਰੀ ਦਿੱਤੀ ਆ ਉਹ ਆਪਣੇ ਲੋਕਾਂ ਨੂੰ ਇਹ ਦਿੱਤੇ ਆ ਆਹ ਇੱਕ ਦੂਸਰੀ ਉਦਾਹਰਨ ਅਸੀਂ ਦੇਖੀਏ ਦਾਨੀਅਲ ਦੀ ਪੋਥੀ ਦੇ ਵਿੱਚੋਂ ਔਰ ਉੱਥੇ ਵੀ ਇੱਕ ਰਾਜਾ ਆ ਜਿਸ ਨੇ ਸੁਪਨਾ ਦੇਖਿਆ ਲੇਕਿਨ ਇਹ ਰਾਜਾ ਬਿਲਕੁਲ ਹੀ ਅਲੱਗ ਕਿਸਮ ਦਾ ਆ ਉਹ ਕਹਿੰਦਾ ਨਾ ਤਾਂ ਮੈਂ ਸੁਪਨਾ ਦੱਸਣਾ ਔਰ ਮੈਨੂੰ ਅਰਥ ਵਿੱਚ ਆਈ ਦੇ ਦਾਨੀਅਲ ਚੈਪਟਰ 2 ਦਾਨੀਅਲ ਨੂੰ ਪ੍ਰਭੂ ਨੇ ਇਹ ਬੁੱਧ ਦਿੱਤੀ ਦੈਨਿਅਲ ਚੈਪਟਰ 2 ਦੇ ਵਿੱਚ ਅਸੀਂ ਇਸ ਬੁੱਧ ਨੂੰ ਫੇਰ ਜਾਗਦੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਉੱਥੇ ਦੇ ਰਾਜਾ ਨਬੂਕਤਨਸਰ ਨੇ ਇੱਕ ਸੁਪਨਾ ਦੇਖਿਆ ਔਰ ਰਾਜਕਾਲ ਦੇ ਦੂਜੇ ਸਾਲ ਦੇ ਵਿੱਚ ਜਿਸ ਲਈ ਅਸੀਂ ਪੜਦੇ ਹਾਂ ਉਸ ਨੂੰ ਇੱਕ ਸੁਪਨਾ ਆਇਆ ਜਿਸ ਦੇ ਕਾਰਨ ਉਸ ਦਾ ਸੋਨਾ ਵੀ ਕਠਨ ਹੋ ਗਿਆ ਸੋ ਉਸ ਨੇ ਆਪਣੇ ਰਾਜ ਦੇ ਸਭ ਜੋਤਸ਼ੀਆਂ ਜਾਦੂ ਟੂਣਾ ਕਰਨ ਵਾਲਿਆਂ ਅਤੇ ਸਿਆਣਿਆਂ ਨੂੰ ਸੱਦਿਆ ਉਸ ਦੇ ਸੁਪਨੇ ਦਾ ਅਰਥ ਦੱਸਣ ਉਹਨਾਂ ਸਭ ਨੇ ਆ ਕੇ ਰਾਜਾ ਦੇ ਸਾਹਮਣੇ ਖੜੇ ਹੋ ਗਏ ਰਾਜਾ ਨੇ ਉਹਨਾਂ ਨੂੰ ਕਿਹਾ ਮੈਂ ਇੱਕ ਸੁਪਨਾ ਦੇਖਿਆ ਹੈ ਜਿਸ ਦੇ ਕਾਰਨ ਮੈਂ ਅਤ ਦੁਖੀ ਹਾਂ ਮੈਂ ਉਸ ਦਾ ਅਰਥ ਜਾਨਣਾ ਚਾਹੁੰਦਾ ਉਹਨਾਂ ਨੇ ਰਾਜਾ ਨੂੰ ਅਰਾਮੀ ਭਾਸ਼ਾ ਦੇ ਵਿੱਚ ਉੱਤਰ ਦਿੱਤਾ ਰਾਜਾ ਅਮਰ ਰਹੇ ਆਪਣਾ ਸੁਪਨਾ ਸਾਨੂੰ ਦੱਸੋ ਅਸੀਂ ਤੁਹਾਨੂੰ ਉਸ ਦਾ ਅਰਥ ਦੱਸਾਂਗੇ ਰਾਜਾ ਨੇ ਉਹਨਾਂ ਨੂੰ ਕਿਹਾ ਮੇਰਾ ਫੈਸਲਾ ਹੈ ਕਿ ਤੁਸੀਂ ਪਹਿਲਾਂ ਮੇਰਾ ਸੁਪਨਾ ਮੈਨੂੰ ਦੱਸੋ ਅਤੇ ਫਿਰ ਉਸ ਦਾ ਅਰਥ ਵੀ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕੋਗੇ ਤਾਂ ਮੈਂ ਤੁਹਾਡੇ ਸਰੀਰ ਦੇ ਟੋਟੇ-ਟੋਟੇ ਕਰ ਦੇਵਾਂਗਾ ਤੁਹਾਡਿਆਂ ਘਰਾਂ ਨੂੰ ਮਿੱਟੀ ਦਾ ਢੇਰ ਦੇ ਵਿੱਚ ਬਦਲ ਦੇਵਾਂਗਾ ਫਿਰ ਜੇਕਰ ਤੁਸੀਂ ਮੇਰਾ ਸੁਪਨਾ ਅਤੇ ਉਸਦੇ ਅਰਥ ਦੱਸ ਦੇਵੋਗੇ ਤੇ ਮੈਂ ਤੁਹਾਨੂੰ ਵੱਡੇ ਇਨਾਮ ਅਤੇ ਆਦਰ ਦੇਵਾਂਗਾ ਸੋ ਹੁਣ ਤੁਸੀਂ ਮੈਨੂੰ ਦੱਸੋ ਮੇਰਾ ਸੁਪਨਾ ਕੀ ਸੀ ਤੇ ਇਸ ਦਾ ਅਰਥ ਕੀ ਹੈ ਕੀ ਪਰਮੇਸ਼ਰ ਇਦਾਂ ਦੀ ਬੋਧੂ ਵੀ ਦੇ ਸਕਦਾ ਪਿੱਛੇ ਅਸੀਂ ਦੇਖਿਆ ਸੀਗਾ ਕਿ ਪ੍ਰਭੂ ਨੇ ਸਿਰਫ ਇੰਟਰਪ੍ਰੀਟੇਸ਼ਨ ਦੀ ਅਗਰ ਤੁਸੀਂ ਪੰਨਾ ਲੱਭਦੇ ਪਏ ਆ 1317 ਪੰਨਿਆਂ ਦੇ ਉੱਤੇ ਆ ਅਸੀਂ ਪਿੱਛੇ ਦੇਖਦੇ ਪਏ ਆ ਕਿ ਪ੍ਰਭੂ ਨੇ ਉਸ ਨੂੰ ਇੰਟਰਪ੍ਰੀਟੇਸ਼ਨ ਕਰਨ ਦਾ ਉਸ ਨੂੰ ਸੁਪਨੇ ਦਾ ਅਰਥ ਦੱਸਣ ਦੀ ਬੁੱਧ ਦਿੱਤੀ ਆ ਲੇਕਿਨ ਹੁਣ ਇੱਕ ਐਸੀ ਮੁਸੀਬਤ ਆ ਕੇ ਖੜੀ ਹੋਈ ਆ ਕਿ ਰਾਜਾ ਜਿਹੜਾ ਆ ਉਹ ਹੀਜ਼ ਹੈਡਸਟਰੋਂਗ ਉਹ ਕਹਿੰਦਾ ਵੀ ਜਿਸ ਜੇ ਤੁਹਾਨੂੰ ਸੱਚਮੁੱਚ ਪ੍ਰਭੂ ਨੇ ਗਿਫਟ ਦਿੱਤੇ ਹੋ ਆ ਤਦ ਬਠੀਕਾ ਸੁਪਨਾ ਵੀ ਦੱਸੋ ਤੇ ਉਹਦੇ ਅਰਥ ਵੀ ਦੱਸੋ ਉਹਨਾਂ ਸਭ ਨੇ ਉੱਤਰ ਦਿੱਤਾ ਜੇਕਰ ਮਹਾਰਾਜ ਸਾਨੂੰ ਆਪਣਾ ਸੁਪਨਾ ਦੱਸਣਗੇ ਤਾਂ ਅਸੀਂ ਉਸ ਦਾ ਅਰਥ ਦੱਸਾਂਗੇ ਤਦ ਰਾਜਾ ਨੇ ਜ਼ੋਰ ਦਾਇਕ ਕਿ ਕਿਆ ਮੈਂ ਜਾਣ ਚੁੱਕਾ ਹਾਂ ਤੁਸੀਂ ਸਮਾਂ ਬਰਬਾਦ ਕਰ ਰਹੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੇਰਾ ਫੈਸਲਾ اٹਲ ਹੈ ਕਿ ਤੁਹਾਨੂੰ ਸਭ ਨੂੰ ਇੱਕੋ ਹੀ ਸਜ਼ਾ ਮਿਲਣ ਵਾਲੀ ਹੈ ਤੁਸੀਂ ਮੇਰੇ ਸਾਹਮਣੇ ਝੂਠ ਬੋਲ ਕੇ ਸਮਾਂ ਗੁਜ਼ਾਰਨਾ ਚਾਹੁੰਦੇ ਹੋ ਕਿ ਸ਼ਾਇਦ ਮੈਂ ਸ਼ਾਇਦ ਗੱਲ ਬਦਲ ਜਾਏ ਤੁਸੀਂ ਮੇਰਾ ਸੁਪਨਾ ਦੱਸੋ ਤਾ ਮੈਂ ਜਾਣ ਜਾਵਾਂਗਾ ਤੁਸੀਂ ਉਸ ਦਾ ਅਰਥ ਵੀ ਦੱਸ ਸਕਦੇ ਹੋ ਕੌਣ ਇਸ ਤਰ੍ਹਾਂ ਦਾ ਸਟਰੋਂਗ ਮਾਈਂਡ ਕਿਸੇ ਨੂੰ ਦੇ ਸਕਦਾ ਪ੍ਰਭੂ ਦੇ ਅਸਾਗ ਦਾ ਨਾ ਜਿਸ ਵੇਲੇ ਉਸ ਨੇ ਆਪਣੇ ਬੰਦੇ ਨੂੰ ਉੱਚਾ ਉਠਾਲਣਾ ਹੋਵੇ ਤੇ ਦੇਖੋ ਉਸ ਨੇ ਕਿਦਾਂ ਦਾ ਰਾਜੇ ਦਾ ਮਨ ਕੀਤਾ ਪਿਆ ਇੱਕ ਤੁਹਾਨੂੰ ਡਰਾਉਣਾ ਸੁਪਨਾ ਆਇਆ ਹੋਵੇ ਤੁਹਾਡੇ ਸਾਹਮਣੇ ਸਾਰੇ ਜਿਨ੍ਹਾਂ ਤੇ ਤੁਸੀਂ ਵਿਸ਼ਵਾਸ ਕਰਦੇ ਖੜੇ ਹੋਣ ਤੁਸੀਂ ਤਾਂ ਰੌਲਾ ਪਾਵੋਗੇ ਭਾਈ ਮੇਰਾ ਆਹ ਸੁਪਨਾ ਇਹਦਾ ਅਰਥ ਦੱਸੋ ਕਿ ਨਹੀਂ ਤੁਸੀਂ ਇਕੱਲੇ-ਇਕੱਲੇ ਨੂੰ ਦੱਸੋਗੇ ਮੈਨੂੰ ਸੁਪਨਾ ਕੀ ਆਇਆ ਸਾਰੇ ਰਾਜ ਦੇ ਵਿੱਚ ਰੌਲਾ ਪਿਆ ਉਹ ਰਾਜ ਨੂੰ ਸੁਪਨਾ ਕੀ ਆਇਆ ਹੈ ਡਰਾਉਣਾ ਤੇ ਭਿਆਨਕ ਉਸ ਨੂੰ ਸੁਪਨਾ ਆਇਆ ਤੇ ਉਹ ਇਹ ਦਾਸੀ ਨਹੀਂ ਰਹਿ ਕੇ ਮੇਰਾ ਸੁਪਨਾ ਕੀ ਹੈ ਕਹਿੰਦਾ ਮੈਨੂੰ ਸੁਪਨਾ ਵੀ ਦੱਸੋ ਤੇ ਉਸ ਦਾ ਅਰਥ ਵੀ ਦੱਸੋ ਇਹ ਐਮੇਜ਼ਿੰਗ ਚੀਜ਼ ਇਹ ਤੇ ਦੇਖੋ ਸਲਾਹਕਾਰਾਂ ਨੇ ਰਾਜਾ ਨੂੰ ਕਿਹਾ ਮਹਾਰਾਜ ਧਰਤੀ ਉੱਤੇ ਕੋਈ ਵੀ ਇਹੋ ਜਿਹਾ ਮਾਨਵ ਨਹੀਂ ਜੋ ਤੁਹਾਡੀ ਮੰਗ ਪੂਰੀ ਕਰ ਸਕੇ ਇਸ ਤੋਂ ਪਹਿਲਾਂ ਇਹੋ ਜੀ ਮੰਗ ਕਿਸੇ ਰਾਜੇ ਨੇ ਚਾਹੀਓ ਕਿੰਨਾ ਵੀ ਵੱਡਾ ਜਾਂ ਸ਼ਕਤੀਸ਼ਾਲੀ ਹੋਵੇ ਆਪਣੀਆਂ ਜੋਤਸ਼ੀਆਂ ਜਾਦੂਗਰਾਂ ਅਤੇ ਸਿਆਣਿਆਂ ਤੋਂ ਨਹੀਂ ਕੀਤੀ ਹੈ ਮਹਾਰਾਜ ਜੋ ਤੁਸੀਂ ਪੁੱਛ ਰਹੇ ਹੋ ਉਸ ਦਾ ਉੱਤਰ ਦੇਵਤਿਆਂ ਤੋਂ ਸਵਾਏ ਕਿਸੇ ਮਨੁੱਖ ਦੇ ਕੋਲ ਨਹੀਂ ਪਰ ਦੇਵਤੇ ਇਸ ਧਰਤੀ ਉੱਤੇ ਰਹਿੰਦੇ ਨਹੀਂ ਹੁਣ ਧਿਆਨ ਦੇ ਨਾਲ ਸੋਚੋ ਰਾਜੇ ਨੂੰ ਪ੍ਰਭੂ ਨੇ ਇੱਕ ਸਖਤ ਮਨ ਦੇ ਦਿੱਤਾ ਆ ਜਿਹੜੇ ਸਾਹਮਣੇ ਦੁਸ਼ਮਣ ਬੈਠੇ ਆ ਪ੍ਰਭੂ ਦੇ ਉਹ ਹੀ ਹੁਣ ਇੱਕ ਐਸੀ ਜਗ੍ਹਾ ਆਉਣ ਵਾਲੇ ਬੰਦੇ ਦੇ ਲਈ ਤਿਆਰ ਕਰਦੇ ਪਏ ਕਿ ਅਗਰ ਉਹ ਰਾਜੇ ਦਾ ਸੁਪਨਾ ਵੀ ਦੱਸ ਦੇਵੇ ਤੇ ਉਸ ਦਾ ਅਰਥ ਵੀ ਦੱਸ ਦੇਵੇ ਉਹ ਕਹਿ ਰਿਹਾ ਕਿ ਉਹ ਦੇਵਤਾ ਇਸ ਧਰਤੀ ਤੇ ਰਹਿੰਦਾ ਪਿਆ ਕਿ ਨਹੀਂ ਕੌਣ ਜਗ੍ਹਾ ਤਿਆਰ ਕਰਦਾ ਆਪਣੇ ਲੋਕਾਂ ਦੇ ਲਈ ਪਰਮੇਸ਼ਰ ਨੇ ਆਲਰੇਡੀ ਜਗ੍ਹਾ ਤਿਆਰ ਕਰ ਦਿੱਤੀ ਨਾ ਹੁਣ ਜਿਹੜਾ ਵੀ ਬੰਦਾ ਆ ਕੇ ਸੁਪਨਾ ਦੱਸੇਗਾ ਰਾਜੇ ਨੂੰ ਔਰ ਉਸ ਦਾ ਅਰਥ ਵੀ ਦੱਸੇਗਾ ਤੇ ਉਹਦੇ ਆਪਣਿਆਂ ਜੋਤਸ਼ੀਆਂ ਸਿਆਣਿਆਂ ਨੇ ਉਸਦੇ ਲਈ ਜਗ੍ਹਾ ਤਿਆਰ ਕਰ ਦਿੱਤੀ ਕਿ ਧਰਤੀ ਉੱਤੇ ਉਹ ਦੇਵਤਾ ਕਿ ਨਹੀਂ ਅੱਗੇ ਦੇਖੋ ਇਸ ਦੇ ਪਿੱਛੋਂ ਰਾਜਾ ਨੇ ਬਾਬਲ ਦੇ ਸ਼ਾਹੀ ਸਲਾਹਕਾਰਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਇਸ ਲਈ ਰਾਜਾ ਦਾ ਸ਼ਾਹੀ ਹੁਕਮ ਸਭ ਸ਼ਾਹੀ ਸਲਾਹਕਾਰਾਂ ਨੂੰ ਕਤਲ ਕਰਨ ਦੇ ਲਈ ਸੁਣਾਇਆ ਗਿਆ ਜਿਸ ਵਿੱਚ ਦਾਨੀਅਲ ਤੇ ਉਸਦੇ ਮਿੱਤਰ ਵੀ ਸਨ ਤਦ ਦਾਨੀਅਲ ਸ਼ਾਹੀ ਰਖਕਿਆਂ ਦੇ ਸਰਦਾਰ ਅਰਯੋਕ ਦੇ ਕੋਲ ਗਿਆ ਜਿਸ ਨੂੰ ਸ਼ਾਹੀ ਸਲਾਹਕਾਰਾਂ ਨੂੰ ਕਤਲ ਕਰਨ ਦਾ ਹੁਕਮ ਮਿਲਿਆ ਸੀ ਦਾਨੀਅਲ ਨੇ ਉਸ ਤੋਂ ਬਹੁਤ ਸੁਲਝੇ ਹੋਏ ਸ਼ਬਦਾਂ ਦੇ ਵਿੱਚ ਪੁੱਛਿਆ ਰਾਜਾ ਨੇ ਇਹ ਇੰਨਾ ਸਖਤ ਹੁਕਮ ਕਿਉਂ ਦਿੱਤਾ ਹੈ ਅਰਯੋਕ ਨੇ ਦਾਨੀਅਲ ਨੂੰ ਜੋ ਵਾਪਰਿਆ ਸੀ ਉਸ ਸਭ ਦੀ ਜਾਣਕਾਰੀ ਦਿੱਤੀ ਦਾਨੀਅਲ ਨੇ ਤੁਰੰਤ ਜਾ ਕੇ ਰਾਜਾ ਤੋਂ ਮੌਲਤ ਮੰਗੀ ਕਿ ਉਹ ਰਾਜਾ ਨੂੰ ਸੁਪਨੇ ਦਾ ਅਰਥ ਦੱਸ ਸਕੇ ਤਦ ਦਾਨੀਅਲ ਨੇ ਘਰ ਜਾ ਕੇ ਆਪਣੇ ਮਿੱਤਰਾਂ ਹਨਾਨੀਆ ਮਿਸ਼ਾਇਲ ਅਤੇ ਅਜਰਿਆ ਨੂੰ ਸਭ ਕੁਝ ਦੱਸਿਆ ਉਸੇ ਉਸਨੇ ਉਹਨਾਂ ਨੂੰ ਸਵਰਗ ਦੇ ਪਰਮੇਸ਼ੁਰ ਅੱਗੇ ਦਇਆ ਅਤੇ ਰਹਿਮ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਕਿਹਾ ਕਿ ਉਹ ਉਹਨਾਂ ਉੱਤੇ ਉਸ ਰਸ ਹਸ ਨੂੰ ਪ੍ਰਗਟ ਕਰੇ ਜੋ ਬਾਬਲ ਦੇ ਬਾਕੀ ਸਲਾਹਕਾਰਾਂ ਤੇ ਨਾਲ ਕਤਲ ਨਾ ਕੀਤੇ ਜਾਣ ਉਸ ਰਾਤ ਦਾਨੀਅਲ ਉੱਤੇ ਸਵਰਗ ਦੇ ਪਰਮੇਸ਼ਵਰ ਨੇ ਇੱਕ ਦਰਸ਼ਨ ਦੇ ਵਿੱਚ ਉਸ ਦਾ ਰਹਾਸ ਪ੍ਰਗਟ ਕੀਤਾ ਅਤੇ ਉਸ ਨੇ ਇਹ ਕਹਿ ਕੇ ਪਰਮੇਸ਼ਰ ਦੀ ਮਹਿਮਾ ਕੀਤੀ ਫਸਟ ਥਿੰਗ ਫਸਟ ਫਸਟ ਥਿੰਗ ਫਸਟ ਕਿਉਂਕਿ ਦ ਗਿਫਟ ਬਿਲੋਂਗ ਟੂ ਗੋਡ ਹੋਲੀ ਸਪਿਰਟ ਸੋ ਸਭ ਤੋਂ ਪਹਿਲਾਂ ਉਸ ਨੇ ਪਰਮੇਸ਼ਵਰ ਦੇ ਨਾਮ ਦਾ ਸ਼ੁਕਰਗੁਜ਼ਾਰੀ ਕੀਤੀ ਉਸ ਵੇਲੇ ਦੌੜਿਆ ਨਹੀਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਐਸ ਵੇਲੇ ਸਾਰੇ ਛੋਟੀ ਮੁਸੀਬਤ ਦੇ ਵਿੱਚ ਨਹੀਂ ਉਸ ਨੇ ਇਹ ਕਹਿ ਦਿੱਤਾ ਕਿ ਮੇਰੀ ਸਾਰੀ ਦੀ ਸਾਰੀ ਕੈਬਨਟ ਦੇ ਵਿੱਚ ਜਿੰਨੇ ਸਲਾਹਕਾਰ ਬੈਠੇ ਆ ਜਿੰਨੇ ਵੀ ਇੱਥੇ ਆਤਮਿਕ ਸਲਾਹਕਾਰ ਬੈਠੇ ਆ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਉਹਨਾਂ ਦੇ ਘਰਾਂ ਨੂੰ ਮਿੱਟੀ ਦੇ ਵਿੱਚ ਮਿਲਾਉਣ ਦਾ ਹੁਕਮ ਉਸ ਨੇ ਦੇ ਦਿੱਤਾ ਆ ਔਰ ਉਸੇ ਪਹਿਲੇ ਉੱਠ ਕੇ ਨਹੀਂ ਦੌੜ ਪਿਆ ਕਿ ਮੈਨੂੰ ਜਵਾਬ ਮਿਲ ਗਿਆ ਉਹਨਾਂ ਨੇ ਦੇਖੋ ਪਹਿਲਾ ਕੰਮ ਕੀ ਕੀਤਾ ਪਰਮੇਸ਼ਵਰ ਸਭ ਬੁੱਧੀ ਅਤੇ ਸ਼ਕਤੀ ਦਾ ਮਾਲਕ ਹੈ ਉਸ ਦੀ ਮਹਿਮਾ ਜੁਗੋ ਜੁਗ ਹੋਵੇ ਉਸ ਉਸ ਸਮੇਂ ਅਤੇ ਮੌਸਮਾਂ ਦਾ ਪ੍ਰਭੂ ਹੈ ਉਹ ਰਾਜਿਆਂ ਨੂੰ ਗੱਦੀਆਂ ਉੱਤੇ ਬਿਠਾਉਂਦਾ ਅਤੇ ਲਾਉਂਦਾ ਹੈ ਉਸ ਨੇ ਬੁੱਧੀ ਅਤੇ ਉਹ ਬੁੱਧੀ ਅਤੇ ਸਮਝ ਦੀ ਦਾਤ ਗਿਫਟ ਬੁੱਧੀ اور ਸਮਝ ਦੀ ਦਾਤ ਦਿੰਦਾ ਹੈ ਉਹ ਗੂੜੇ ਗੁੜ ਪੇਤਾਂ ਨੂੰ ਪ੍ਰਗਟ ਕਰਦਾ ਉਹ ਹਨੇਰੇ ਦੀ ਡੁੰਗਾਈ ਦੇ ਰਹੱਸ ਨੂੰ ਜਾਣਦਾ ਅਤੇ ਉਹ ਚਾਨਣ ਦੇ ਨਾਲ ਚਾਰਾਂ ਪਾਸਿਆਂ ਤੋਂ ਕਿਰਿਆ ਹੋਇਆ ਹੈ ਮੇਰੇ ਪੁਰਖਿਆਂ ਦੇ ਪਰਮੇਸ਼ਰ ਮੈਂ ਤੇਰੀ ਮਹਿਮਾ ਕਰਦਾ ਹਾਂ ਅਤੇ ਮੈਂ ਤੈਨੂੰ ਆਦਰ ਦਿੰਦਾ ਹਾਂ ਤੂੰ ਮੇਰੀ ਪ੍ਰਾਰਥਨਾ ਦਾ ਉੱਤਰ ਦਿੱਤਾ ਅਤੇ ਅਤੇ ਸਾਡੇ ਉੱਤੇ ਪ੍ਰਗਟ ਕੀਤਾ ਹੈ ਅਸੀਂ ਅਸੀਂ ਰਾਜਾ ਨੂੰ ਕੀ ਦਸੀਏ ਇਹ ਭਜਨ ਕੌਣ ਦਾ ਸਮਾ ਸੀ ਨੋ ਉਹਨਾਂ ਨੇ ਸਭ ਤੋਂ ਪਹਿਲਾਂ ਉਸਤ ਦਾ ਭਜਨ ਗਾਇਆ ਜਿੰਨੀਆਂ ਵੀ ਚੀਜ਼ਾਂ ਇਸ ਤਰ੍ਹਾਂ ਲਿਖੀਆਂ ਹੁੰਦੀਆਂ ਹਨ ਵਚਨ ਦੇ ਵਿੱਚ ਇਹ ਤਾਂ ਉਹ ਗੀਤ ਹੁੰਦਾ ਸਾਨੂੰ ਇਸ ਦੀਆਂ ਬੇਸ਼ੱਕ ਸਾਨੂੰ ਇਸ ਦੀਆਂ ਤੁਕਾਂ ਨਹੀਂ ਦੱਸਦੀਆਂ ਪਈਆਂ ਲੇਕਿਨ ਜੇ ਸਿਰਫ ਤੁਸੀਂ ਇਬਰਾਨੀ ਦੇ ਵਿੱਚ ਪੜੋਗੇ ਤੇ ਇਹ ਏਦਾਂ ਲਿਖਿਆ ਜਿਦਾ ਗੀਤ ਲਿਖਿਆ ਹੁੰਦਾ ਦਾਤ ਦੇ ਨਾਲ ਰਾਤ ਜੁੜਦੀ ਆ ਰਾਤ ਦੇ ਨਾਲ ਬਾਤ ਜੁੜਦੀ ਆ ਜਿਸ ਤਰ੍ਹਾਂ ਅਸੀਂ ਗੀਤ ਗਾਉਨੇ ਆ ਤੁਕਾਂ ਪਿਛਲੀਆਂ ਤੁਕਾਂ ਰਲਦੀਆਂ ਹੁੰਦੀਆਂ ਇਹ ਗੀਤ ਆ ਸਾਰੇ ਜਿੰਨੇ ਵੀ ਅਸੀਂ ਜਿਹੜਾ ਭੈਣ ਨੇ ਅੱਜ ਹਿੱਸਾ ਪੜਿਆ ਉਹ ਗੀਤ ਆ ਜਿਹੜਾ ਜਬੂਰ ਮੈਂ ਪੜਿਆ ਸੀ ਸਭ ਤੋਂ ਪਹਿਲਾਂ ਜਬੂਰ 99 ਉਹ ਗੀਤ ਆ ਇਹ ਸਾਰੇ ਗੀਤ ਆ ਉਹਨੇ ਇੱਕ ਗੀਤ ਗਾਉਣ ਦਾ ਵੇਲਾ ਆ ਕਿ ਜਾਨ ਬਚਾਉਣ ਦਾ ਵੇਲਾ ਉਸਨੋਂ ਨੇ ਸਭ ਤੋਂ ਪਹਿਲਾਂ ਪਰਮੇਸ਼ਰ ਦੀ ਉਸਤਤ ਕੀਤੀ ਔਰ ਉਸ ਤੋਂ ਬਾਅਦ ਡੈਨਿਅਲ ਅਰਿਓਕ ਦੇ ਕੋਲ ਗਿਆ ਸੋ ਡੈਨਿਅਲ ਅਰਿਓਕ ਦੇ ਕੋਲ ਗਿਆ ਜਿਸ ਨੂੰ ਰਾਜਾ ਨੇ ਸ਼ਾਹੀ ਸਲਾਹਕਾਰਾਂ ਨੂੰ ਕਤਲ ਕਰਨ ਦੇ ਲਈ ਕਿਹਾ ਸੀ ਉਸਨੇ ਹਰਯੋਕ ਨੂੰ ਕਿਹਾ ਤੂੰ ਉਹਨਾਂ ਨੂੰ ਕਤਲ ਨਾ ਕਰ ਤੂੰ ਮੈਨੂੰ ਰਾਜਾ ਦੇ ਕੋਲ ਲੈ ਚਾਲ ਅਤੇ ਮੈਂ ਮਹਾਰਾਜ ਨੂੰ ਉਸ ਦਾ ਸੁਪਨਾ ਅਤੇ ਉਸ ਦਾ ਅਰਥ ਦੱਸਾਂਗਾ ਕਿੰਨਾ ਵੱਡਾ ਉਸ ਦੇ ਕੋਲ ਇਸ ਵੇਲੇ ਮੌਕਾ ਆ ਉਹਨੂੰ ਸੁਪਨਾ ਵੀ ਪਤਾ ਹੈ ਉਹਦਾ ਅਰਥ ਵੀ ਪਤਾ ਆ ਹਰਯੋਕ ਨੂੰ ਕਹਿ ਸਕਦਾ ਸੀ ਕਿ ਤੂੰ ਇਹਨਾਂ ਨੂੰ ਕਤਲ ਕਰ ਦੇ ਮੈਨੂੰ ਸਾਨੂੰ ਤਿੰਨਾਂ ਨੂੰ ਰਹਿਣ ਦੇ ਫਿਰ ਅਸੀਂ ਦੱਸਾਂਗੇ ਕਿੰਨਾ ਵੱਡਾ ਉਸ ਦੇ ਕੋਲ ਮੌਕਾ ਆ ਕਿੱਡੀ ਵੱਡੀ ਦਇਆ ਆ ਪ੍ਰਭੂ ਦੇ ਬੰਦੇ ਦੇ ਵਿੱਚ ਉਹ ਜਿਹੜੀ ਕੈਬਿਨੇਟ ਜਿਹੜੀ ਉੱਥੇ ਬੈਠੇ ਆ ਉਹਨਾਂ ਕਹੇ ਉਸ ਕੈਬਿਨੇਟ ਦੇ ਵਿੱਚ ਦਾਨੀਅਲ ਤੇ ਉਹ ਤਿੰਨ ਤਿੰਨ ਵੀ ਸ਼ਾਮਲ ਆ ਲੇਕਿਨ ਜਿਸ ਵੇਲੇ ਸੁਪਨਾ ਦੱਸਣ ਦਾ ਵੇਲਾ ਆਇਆ ਤੇ ਉਹ ਦਾਨੀਅਲ ਉਹਨਾਂ ਨੂੰ ਲੈ ਕੇ ਵੀ ਨਹੀਂ ਨਾਲ ਆਏ ਉਹਨਾਂ ਨੂੰ ਪਿੱਛੇ ਕਰਦੇ ਪਏ ਪਿੱਛੇ ਛੁੱਟਦੇ ਪਏ ਆ ਇਹ ਇਬਰਾਨੀ ਲੋਕ ਆ ਰਹਿਣ ਦੇ ਗੁਲਾਮ ਲੋਕ ਰਹਿਣ ਦੇ ਅਸੀਂ ਜਾਣਨੇ ਅਸੀਂ ਜਿਹੜੇ ਆਰਾਮੀ ਲੋਕ ਅਸੀਂ ਅੱਗੇ ਜਾਣਨੇ ਬੜੀਆਂ ਖਿੱਲਾਂ ਪਾਈਆਂ ਰਾਜਾਂ ਪਰ ਗੱਲ ਨਹੀਂ ਬਣੀ ਕਿਉਂਕਿ ਪਰਮੇਸ਼ਰ ਨੇ ਉਸਦੇ ਮਨ ਨੂੰ ਸਖਤ ਕਰ ਦਿੱਤਾ ਸੀ ਮਨ ਨੂੰ ਨਰਮ ਕਰਨ ਵਾਲਾ ਵੀ ਪਰਮੇਸ਼ਵਰ ਆ ਸਖਤ ਕਰਨ ਵਾਲਾ ਵੀ ਪਰਮੇਸ਼ਵਰ ਆਪ ਉਸਨੇ ਉਸਦੇ ਮਨ ਨੂੰ ਸਖਤ ਕਰ ਦਿੱਤਾ ਸੀ ਤਾਂ ਕਿ ਪ੍ਰਭੂ ਆਪਣੇ ਲੋਕਾਂ ਨੂੰ ਬਰਕਤ ਦੇ ਸਕੇ ਆਪਣੇ ਲੋਕਾਂ ਨੂੰ ਬਰਕਤ ਦੇ ਸਕੇ ਲੇਕਿਨ ਦੇਖੋ ਨਮਰਤਾ ਉਸਨੇ ਅਰਿਓਕ ਨੂੰ ਕਿਹਾ ਕਿਸੇ ਦਾ ਕਤਲ ਨਾ ਕਰੀ ਕਿਸੇ ਜਾਦੂਗਰ ਨੂੰ ਨਾ ਮਾਰੀ ਕਿਸੇ ਜੋਤਸ਼ੀ ਨੂੰ ਨਾ ਮਾਰੀ ਇਹ ਕੰਮ ਨਾ ਕਰੀ ਤੂੰ ਇਹਨੂੰ ਲੈ ਕੇ ਚਾਲ ਅਰਿਓਕ ਦਾਨੀਅਲ ਵਰਸ 25 ਅਰਿਓਕ ਦਾਨੀਅਲ ਨੂੰ ਤੁਰੰਤ ਰਾਜਾ ਨਬੁਕਤਨਸਰ ਦੇ ਕੋਲ ਲੈ ਗਿਆ ਅਤੇ ਉਸਨੇ ਰਾਜਾ ਨੂੰ ਕਿਹਾ ਮਹਾਰਾਜ ਮੈਨੂੰ ਯਹੂਦੀ ਪ੍ਰਵਾਸੀਆਂ ਵਿੱਚੋਂ ਇੱਕ ਮਨੁੱਖ ਮਿਲਿਆ ਹੈ ਜੋ ਤੁਹਾਡੇ ਸੁਪਨੇ ਦਾ ਰਾਹਸ ਤੁਹਾਡੇ ਉੱਤੇ ਪ੍ਰਗਟ ਕਰੇਗਾ ਰਾਜਾ ਨੇ ਦਾਨੀਅਲ ਤੋਂ ਪੁੱਛਿਆ ਜੋ ਬੇਲ ਸ਼ਸ਼ਤਰ ਰਖਵਾਉਂਦਾ ਸੀ ਕੀ ਤੂੰ ਮੇਰਾ ਦੇਖਿਆ ਸੁਪਨਾ ਅਤੇ ਉਸ ਦਾ ਅਰਥ ਮੇਰੇ ਉੱਤੇ ਪ੍ਰਗਟ ਕਰ ਸਕਦਾ ਹੈ? ਦਾਨੀਅਲ ਨੇ ਉੱਤਰ ਦਿੱਤਾ, "ਮਹਾਰਾਜ, ਕੋਈ ਜੋਤਿਸ਼ੀ ਜਾਂ ਜਾਦੂਗਰ ਜਾਂ ਸਿਆਣਾ ਤੁਹਾਡੇ ਸੁਪਨੇ ਦਾ ਰਹਸ ਨਹੀਂ ਦੱਸ ਸਕਦਾ ਹੈ। ਸਗੋਂ ਇਹ ਸਵਰਗ ਦੇ ਪਰਮੇਸ਼ਰ ਇਹ ਇਹ ਸਵਰਗ ਦਾ ਪਰਮੇਸ਼ਰ ਹੀ ਦੱਸ ਸਕਦਾ ਹੈ।" ਕਿ ਇਹਨੂੰ ਬਰਕਤ ਦਿੱਤੀ ਉਹਨੇ। ਇਹ ਵੀ ਕਹਿ ਸਕਦਾ ਸੀ ਕਿ ਮੈਂ ਹੀ ਦੱਸ ਸਕਦਾ ਕਿ ਨਹੀਂ। ਉਸ ਨੂੰ ਸੁਪਨਾ ਵੀ ਪਤਾ ਆ, ਉਸ ਦਾ ਅਰਥ ਵੀ ਹੁਣ ਪਤਾ ਆ। ਜਿੰਨੀ ਦੇਰ ਤੱਕ ਉਹਨੂੰ ਇਹ ਪਤਾ ਕਿ ਇਸ ਵੇਲੇ ਮੈਂ ਪ੍ਰਭੂ ਦੀ ਬਰਕਤ ਆਪਣੇ ਉੱਤੇ ਲੈ ਲਊਗਾ ਗਾ ਨਹੀਂ ਉਹਨੇ ਫਿਰ ਮੈਨੂੰ ਦੇਣੀ ਜਿਸ ਵੇਲੇ ਪ੍ਰਭੂ ਤੁਹਾਨੂੰ ਬਰਕਤ ਦੀ ਦਾਤ ਦਿੰਦਾ ਫਿਰ ਦੇਖਦਾ ਤੁਸੀਂ ਕਰਦੇ ਕੀ ਹਾਂ ਜਿਸ ਵੇਲੇ ਉਹ ਮੈਨੂੰ ਬਰਕਤ ਦੀ ਦਾਤ ਦਿੰਦਾ ਉਹ ਦੇਖਦਾ ਫਿਰ ਦੇਖਦਾ ਪਿੱਛੋਂ ਕਿ ਦੇਖਦਾ ਮੈਂ ਕਰਦਾ ਕੀ ਹਾਂ ਮੈਂ ਕੀ ਉਹਦੀ ਮਹਿਮਾ ਆਪਣੇ ਉੱਤੇ ਲੈਣਾ ਕਿੰਨੇ ਲੋਕ ਅੱਜ ਇਹਨਾਂ ਪਵਿੱਤਰ ਆਤਮਾ ਦੇ ਗਿਫਟਾਂ ਦੀ ਮਹਿਮਾ ਆਪਣੇ ਉੱਤੇ ਲੈ ਰਹੇ ਆ ਕਿਤੇ ਮੈਂ ਮਹਿਮਾ ਤਾਂ ਨਹੀਂ ਪ੍ਰਭੂ ਦੀ ਲੈ ਰਿਆ ਉਸਨੇ ਕਿਹਾ ਕਿ ਨਹੀਂ ਸਵਰਗ ਦਾ ਪਰਮੇਸ਼ਰ ਦੱਸ ਸਕਦਾ ਜਿਸਨੇ ਮਹਾਰਾਜ ਨੂੰ ਅੱਗੇ ਭਵਿੱਖ ਵਿੱਚ ਕੀ ਹੋਣ ਵਾਲਾ ਹੈ ਉਸ ਬਾਰੇ ਦੱਸਿਆ ਹੈ ਹੁਣ ਮੈਂ ਤੁਹਾਡਾ ਸੁਪਨਾ ਅਤੇ ਉਸ ਦਾ ਅਰਥ ਦੱਸਾਂਗਾ ਮਹਾਰਾਜ ਜਦੋਂ ਤੁਸੀਂ ਸੌਂ ਰਹੇ ਸੀ ਤਾਂ ਭਵਿੱਖ ਬਾਰੇ ਸੁਪਨਾ ਦੇਖਿਆ ਪਰਮੇਸ਼ਰ ਜੋ ਗੁਪਤ ਭੇਤਾਂ ਨੂੰ ਪ੍ਰਗਟ ਕਰਦਾ ਹੈ ਇਹਨੇ ਤੁਹਾਨੂੰ ਵਿਖਾਇਆ ਕਿ ਕੀ ਵਾਪਰਨ ਵਾਲਾ ਹੈ ਇਹ ਭੇਤ ਪ੍ਰਭੂ ਨੇ ਮੇਰੇ ਉੱਤੇ ਪ੍ਰਗਟ ਕੀਤਾ ਹੈ ਇਸ ਲਈ ਨਹੀਂ ਕਿ ਮੈਂ ਕਿਸੇ ਹੋਰ ਤੋਂ ਅਧਿਕ ਬੁੱਧੀਮਾਨ ਹਾਂ ਫਿਰ ਇਸ ਲਈ ਕਿ ਤੁਸੀਂ ਆਪਣੇ ਵੇਖੇ ਸੁਪਨੇ ਦਾ ਅਰਥ ਜਾਣ ਸਕੋ ਅਤੇ ਉਹਨਾਂ ਵਿਚਾਰਾਂ ਨੂੰ ਉਹਨਾਂ ਵਿਚਾਰਾਂ ਨੂੰ ਸਮਝ ਸਕੋ ਜੋ ਤੁਹਾਡੇ ਤੱਕ ਪਹੁੰਚੇ ਹਨ ਦੇਖ ਲਾ ਹਲੇ ਵੀ ਉਹ ਆਪਣੇ ਆਪ ਨੂੰ ਪਰਮੇਸ਼ਰ ਜਿਹੜੀ ਜੋ ਪਰਮੇਸ਼ਰ ਦੀ ਮਹਿਮਾ ਉਹਨੂੰ ਦੇ ਰਿਹਾ ਆਪਣੀ ਬੁੱਧੀ ਨੂੰ ਨਹੀਂ ਦੇ ਰਿਹਾ ਮੈਂ ਇਹਨਾ ਬੁੱਧੀਮਾਨ ਨਹੀਂ ਉਹਨਾਂ ਨੂੰ ਕਹਿ ਰਿਹਾ ਮਹਾਰਾਜ ਤੁਸੀਂ ਆਪਣੇ ਸੁਪਨੇ ਵਿੱਚ ਇੱਕ ਵੱਡਾ ਉੱਚਾ ਬੁੱਤ ਦੇਖਿਆ ਜੋ ਜੋ ਚਮਕ ਰਿਹਾ ਸੀ ਅਤੇ ਦੇਖਣ ਦੇ ਵਿੱਚ ਭਿਆੰਕਰ ਸੀ ਉਸ ਦਾ ਸਿਰ ਸ਼ੁੱਧ ਸੋਨੇ ਅਤੇ ਉਸ ਦੀ ਛਾਤੀ ਤੇ ਬਾਹਾਂ ਚਾਂਦੀ ਦੀਆਂ ਢਿੱਡ ਤੇ ਪੇਟ ਕਹਿੰਦੇ ਲੱਤਾਂ ਲੋਹੇ ਦੀਆਂ ਉਸ ਦੇ ਪੈਰ ਉਸ ਦੇ ਉਸ ਦੇ ਪੈਰ ਲੋਹੇ ਅਤੇ ਮਿੱਟੀ ਦੇ ਮਿਲੇ ਜੁਲੇ ਸਨ ਅਤੇ ਜਦੋਂ ਤੁਸੀਂ ਦੇਖ ਰਹੇ ਸਾਓ ਤਾਂ ਇੱਕ ਵੱਡਾ ਪੱਥਰ ਜੋ ਚਟਾਨ ਦੇ ਚਟਾਨ ਦੇ ਵਿੱਚੋਂ ਆਪਣੇ ਆਪ ਉਖੜ ਕੇ ਲੋਹੇ ਅਤੇ ਮਿੱਟੀ ਦੇ ਪੈਰਾਂ ਉੱਤੇ ਜਾ ਡਿੱਗਾ ਅਤੇ ਜੋ ਟੋਟੇ ਟੋਟੇ ਹੋ ਗਏ ਤਦ ਤੁਰੰਤ ਲੋਹਾ ਮਿੱਟੀ ਕਹਿਾਂ ਚਾਂਦੀ ਸੋਨਾ ਪਿਸ ਕੇ ਪੀੜ ਪੇੜ ਦੀ ਤੂੜੀ ਦੇ ਬਾਂਖ ਹੋ ਗਏ ਜਿਸ ਨੂੰ ਹਵਾ ਉਡਾ ਕੇ ਲੈ ਗਈ ਅਤੇ ਉਹਨਾਂ ਦੇ ਪਿੱਛੇ ਨਿਸ਼ਾਨ ਤੱਕ ਨਾ ਰਿਹਾ ਪਰ ਉਹ ਪੱਥਰ ਜੋ ਬੁੱਤ ਦੇ ਉੱਤੇ ਡਿੱਗਾ ਸੀ ਨੇ ਇੱਕ ਪਹਾੜ ਦਾ ਰੂਪ ਧਾਰ ਲਿਆ ਅਤੇ ਜਿਸ ਨਾਲ ਸਾਰੀ ਧਰਤੀ ਭਰ ਗਈ ਮਹਾਰਾਜ ਏਸੀ ਤੁਹਾਡਾ ਸੁਪਨਾ ਹੁਣ ਮੈਂ ਤੁਹਾਨੂੰ ਇਸ ਦਾ ਅਰਥ ਵੀ ਦੱਸਾਂਗਾ ਮਹਾਰਾਜ ਧਰਤੀ ਦੇ ਉੱਤੇ ਸਭ ਤੋਂ ਵੱਡੇ ਰਾਜਾ ਹੋ ਸਵਰਗ ਦੇ ਪਰਮੇਸ਼ਰ ਨੇ ਤੁਹਾਨੂੰ ਸਮਰਾਟ ਬਣਾਇਆ ਤੁਹਾਨੂੰ ਸ਼ਕਤੀਸ਼ਾਲੀ ਅਤੇ ਬਲ ਤੇ ਆਦਰ ਦਿੱਤਾ ਹੈ ਪਰਮੇਸ਼ਰ ਨੇ ਤੁਹਾਨੂੰ ਸਾਰੀ ਸ਼ਕਤੀ ਪਸ਼ੂ ਪੰਛੀਆਂ ਦਾ ਸ਼ਾਸਕ ਬਣਾਇਆ ਹੈ ਤੁਸੀਂ ਸੋਨੇ ਦੇ ਸਿਰ ਹੋ ਤੁਹਾਡੇ ਪਿੱਛੋਂ ਇੱਕ ਰਾਜਾ ਹੋਰ ਹੋਵੇਗਾ ਜੋ ਤੁਹਾਡੇ ਤੋਂ ਘੱਟ ਸ਼ਕਤੀਸ਼ਾਲੀ ਹੋਵੇਗਾ ਅਤੇ ਉਸ ਦੇ ਪਿੱਛੇ ਤੀਜਾ ਰਾਜਾ ਕਹਿੰਦਾ ਹੋਵੇਗਾ ਜੋ ਸਾਰੀ ਧਰਤੀ ਉੱਤੇ ਰਾਜ ਕਰੇਗਾ ਅਤੇ ਫਿਰ ਇੱਕ ਚੌਥਾ ਰਾਜਾ ਹੋਵੇਗਾ ਜੋ ਲੋਹੇ ਦਾ ਹੋਵੇਗਾ ਅਤੇ ਲੋਹ ਅਤੇ ਉਹ ਲੋਹੇ ਦੇ ਵਾਂਗ ਸਭ ਨੂੰ ਪੀਸੁੱਟੇਗਾ ਅਤੇ ਆਪਣੇ ਹੋਏ ਪਹਿਲੇ ਰਾਜਾ ਨੂੰ ਨਾਸ਼ ਕਰ ਦੇਵੇਗਾ ਤੁਸੀਂ ਇਹ ਵੀ ਦੇਖਿਆ ਹੈ ਕਿ ਪੈਰਾਂ ਪੈਰ ਮਿਲੇ ਜੁਲੇ ਮਿੱਟੀ ਅਤੇ ਲੋਹੇ ਦੇ ਬਣੇ ਹੋਏ ਸਨ ਜਿਸ ਦਾ ਅਰਥ ਹੈ ਕਿ ਇਹ ਰਾਜ ਵੰਡਿਆ ਹੋਇਆ ਹੋਵੇਗਾ ਤੁਸੀਂ ਤੁਸੀਂ ਲੋਹਾ ਮਿੱਟੀ ਦੇ ਵਿੱਚ ਮਿਲਿਆ ਹੋਇਆ ਦੇਖਿਆ ਪੈਰਾਂ ਦੀਆਂ ਉਂਗਲੀਆਂ ਲੋਹੇ ਅਤੇ ਮਿੱਟੀ ਦੀਆਂ ਬਣੀਆਂ ਹੋਈਆਂ ਬਣੀਆਂ ਹੋਈਆਂ ਸਨ ਜਿਸ ਦਾ ਅਰਥ ਇਹ ਹੈ ਕਿ ਇਸ ਰਾਜ ਦਾ ਕੁਝ ਹਿੱਸਾ ਤਕੜਾ ਹੋਵੇਗਾ ਤੇ ਕੁਝ ਮਾੜਾ ਤੁਸੀਂ ਇਹ ਵੀ ਦੇਖਿਆ ਹੈ ਕਿ ਲੋਹਾ ਮਿੱਟੀ ਦੇ ਨਾਲ ਮਿਲਿਆ ਹੋਇਆ ਹੈ ਜਿਸ ਦਾ ਅਰਥ ਹੈ ਕਿ ਇਹ ਰਾਜ ਦੇ ਸ਼ਾਸਕ ਆਪਣੇ ਆਪ ਨੂੰ ਵਿਆਹ ਸ਼ਾਦੀਆਂ ਦੇ ਰਾਹੀਂ ਇਕੱਠੇ ਕਰਨ ਦੀ ਕੋਸ਼ਿਸ਼ ਕਰਨਗੇ ਪਰ ਉਹ ਅਸਫਲ ਰਹਿਣਗੇ ਕਿਉਂਕਿ ਲੋਹਾ ਅਤੇ ਮਿੱਟੀ ਮਿਲ ਕੇ ਮਿਲ ਕੇ ਇੱਕ ਨਹੀਂ ਹੋ ਸਕਦੇ ਹਨ ਇਹਨਾਂ ਸ਼ਾਸਕਾਂ ਦੇ ਸਮੇਂ ਦੇ ਵਿੱਚ ਸਵਰਗ ਦੇ ਵਿੱਚੋਂ ਇੱਕ ਇੱਕ ਇਹੋ ਜਿਹਾ ਰਾਜ ਦੀ ਸਥਾਪਨਾ ਕਰੇਗਾ ਜਿਸ ਦਾ ਕੋਈ ਅੰਤ ਨਹੀਂ ਹੋਵੇਗਾ ਉਹ ਰਾਜ ਇਹਨਾਂ ਸਭ ਰਾਜਾਂ ਨੂੰ ਰਾਜਾਂ ਦਾ ਨਾਸ਼ ਕਰ ਦੇਵੇਗਾ ਅਤੇ ਆਪ ਹਮੇਸ਼ਾ ਤੱਕ ਕਾਇਮ ਰਹੇਗਾ ਤੁਸੀਂ ਦੇਖ ਤੁਸੀਂ ਦੇਖਿਆ ਹੈ ਕੀ ਕਿਸ ਤਰ੍ਹਾਂ ਇੱਕ ਪੱਥਰ ਚਟਾਨ ਤੋਂ ਵੱਖ ਹੋ ਕੇ ਉਸ ਉਸ ਬੁੱਤ ਦੇ ਜਾ ਲੱਗਾ ਜੋ ਕਹੇ ਜੋ ਲੋਹੇ ਕਹੇ ਮਿੱਟੀ ਚਾਂਦੀ ਸੋਨੇ ਦਾ ਬਣਿਆ ਹੋਇਆ ਸੀ ਸੋ ਮਹਾਰਾਜ ਮਹਾਨ ਪਰਮੇਸ਼ਰ ਨੇ ਤੁਹਾਡੇ ਉੱਤੇ ਸਭ ਕੁਝ ਪ੍ਰਗਟ ਕਰ ਦਿੱਤਾ ਹੈ ਜੋ ਭਵਿੱਖ ਵਿੱਚ ਹੋਵੇਗਾ ਮੈਂ ਤੁਹਾਡਾ ਸੁਪਨਾ ਜੋ ਤੁਸੀਂ ਦੇਖਿਆ ਅਤੇ ਉਸ ਦਾ ਅਰਥ ਕੀ ਹੈ ਸਭ ਠੀਕ-ਠਾਕ ਦੱਸ ਦਿੰਦਾ ਹਾਂ ਇੱਕ ਚਟਾਨ ਇੱਕ ਪੱਥਰ ਹੂ ਇਜ਼ ਦਾ ਰੌਕ जीसस क्राइस्ट हिमसेल्फ रोम ਦਾ ਰਾਜ ਮਿਲਿਆ ਜੁੜਿਆ ਸੀ ਜਿਸ ਲਈ ਉਹ ਪੱਥਰ ਆ ਕੇ ਲੱਗਾ। ਅਰ ਅੱਜ ਉਹ ਰਾਜ ਕੋਈ ਦੁਨੀਆ ਦਾ ਇਹ ਦੁਨੀਆ ਦਾ ਮੈਪ ਆ ਤੁਹਾਡੇ ਮੋਰੇ ਕੋਈ ਦੁਨੀਆ ਦਾ ਆਸਾ ਰਾਜ ਨਹੀਂ ਜਿੱਥੇ ਪ੍ਰਭੂ ਦਾ ਰਾਜ ਹੈ ਨਹੀਂ। ਜਿੱਥੇ ਚਰਚ ਹੈ ਨਹੀਂ। ਜਿੱਥੇ ਖੁਦਾਵੰਦ ਦੇ ਲੋਕ ਅੱਜ ਤੁਹਾਡੇ ਵਾਂਗ ਇਕੱਠੇ ਨਹੀਂ ਹੋਏ। ਔਰ ਦੇਖੋ ਉਸ ਨੂੰ ਬਰਕਤ ਕੀ ਮਿਲਦੀ ਆ। ਤਦ ਰਾਜਾ ਨੰਬੂਕੋਦਨ ਅਸਰ ਨੇ ਧਰਤੀ ਉੱਤੇ ਧਰਤੀ ਤੇ ਮੂੰਹ ਪਰ ਲੰਮੇ ਪੈ ਕੇ ਦਾਨੀਅਲ ਨੂੰ ਪ੍ਰਣਾਮ ਕੀਤਾ ਅਤੇ ਉਸਨੇ ਹੁਕਮ ਦਿੱਤਾ ਕਿ ਦਾਨੀਅਲ ਦੇ ਅੱਗੇ ਬਲੀਆਂ ਤੇ ਭੇਟਾਂ ਚੜਾਈਆਂ ਜਾਣ ਕਿਉਂ ਉਸਨੇ ਇਹ ਕਿਉਂਕਿ ਜੋਤਸ਼ੀਆਂ ਨੇ ਉਸ ਦੀਆਂ ਨਕਿਆ ਸਿਗਾ ਕਿ ਸਿਰਫ ਦੇਵਤਾ ਲੋਕ ਤੁਹਾਡਾ ਸੁਪਨਾ ਤੇ ਉਹਦਾ ਅਰਥ ਦੱਸ ਸਕਦੇ ਹਨ ਔਰ ਉਹ ਇਸ ਧਰਤੀ ਤੇ ਰਹਿੰਦੇ ਇਸ ਧਰਤੀ ਦੇ ਉੱਤੇ ਰਹਿੰਦੇ ਨਹੀਂ ਹੁਣ ਨਬੂਕਦਨਸਰ ਦੇ ਦਿਮਾਗ ਦੇ ਵਿੱਚ ਉਹ ਗੱਲ ਬਹਿ ਗਈ ਕਿ ਜਿਹੜਾ ਵੀ ਮੇਰਾ ਸੁਪਨਾ ਦੱਸੇਗਾ ਮੇਰੇ ਦੋ ਕੰਮ ਹੋਣਗੇ ਇੱਕ ਤਾਂ ਇਹ ਜਿਹੜੇ ਜਿਹੜੇ ਇਹ ਰੋਟੀਆਂ ਖਾਂਦੇ ਪਿਆ ਮੁਫਦੀਆਂ ਇੱਕ ਤਾਂ ਇਹਨਾਂ ਦੀ ਸਫਾਈ ਹੋਊਗੀ ਜੇ ਜੇ ਮੇਰਾ ਕੋਈ ਸੁਪਨਾ ਦੱਸਦਾ ਵੀਗਾ ਤੇ ਮੈਨੂੰ ਦੇਵਤੇ ਦੇ ਦਰਸ਼ਨ ਹੋ ਜਾਣਗੇ ਸੋਦੇ ਦਿਮਾਗ 'ਚ ਗੱਲ ਬਹਿ ਗਈ ਜਿਸ ਵੇਲੇ ਡਾਨੀਅਲ ਨੇ ਉਸ ਦਾ ਸੁਪਨਾ ਵੀ ਦੱਸ ਦਿੱਤਾ ਉਰੋਸ ਦਾ ਅਰਥ ਵੀ ਦੱਸ ਦਿੱਤਾ ਤੇ ਰਾਜਾ ਜੋ ਮਹਾਨ ਉਸ ਕੌਮ ਦਾ ਮਹਾਨ ਰਾਜਾ ਜੋ ਇਬਰਾਨੀਆਂ ਨੂੰ ਇਹਨਾਂ ਨੂੰ ਗੁਲਾਮ ਬਣਾ ਕੇ ਲੈ ਕੇ ਆਇਆ ਪਹਿਲੇ ਹਮਲੇ ਦੇ ਵਿੱਚ ਜਿਸ ਲਈ ਇਹਨੇ ਜਰੂਸਲਮ ਤੇ ਪਹਿਲਾ ਹਮਲਾ ਕੀਤਾ ਉਹਨਾਂ ਵਿੱਚ ਇਹਨਾਂ ਨੂੰ ਗੁਲਾਮ ਬਣਾ ਕੇ ਲੈ ਕੇ ਆਇਆ ਇਹਨਾਂ ਦੇ ਗਲਾਂ ਦੇ ਵਿੱਚ ਕੜੇ ਲੋਹੇ ਦੇ ਕੜੇ ਪਾ ਕੇ ਜਿਦਾ ਜਾਨਵਰ ਲਿਾਈਦੇ ਆ ਇਦਾਂ ਜਾਨਵਰਾਂ ਵਾਂਗ ਇਹਨਾਂ ਨੂੰ ਲੈ ਕੇ ਆਇਆ ਇੱਕ ਗੁਲਾਮ ਆ ਉਸ ਦਾ ਗੁਲਾਮ ਦੇ ਮੂਰੇ ਰਾਜਾ ਮੂੰਹ ਪਰਨੇ ਲੰਮਾ ਪਿਆ ਆ ਅਰ ਉਸ ਨੂੰ ਆਪਣੇ ਮੰਦਰ ਦੇ ਸਿੰਘਾਸਨ ਦੇ ਵਿੱਚ ਜਿਹੜਾ ਉਹਦੇ ਦੇਵਤੇ ਦਾ ਸਿੰਘਾਸਨ ਆ ਉਹਦੇ ਤੇ ਬਿਠਾ ਕੇ ਉਹਦੇ ਸਾਹਮਣੇ ਬਲੀਆਂ ਚੜਾਈਆਂ ਜਾ ਰਹੀਆਂ ਇੱਥੇ ਕਿਤੇ ਨਹੀਂ ਲਿਖਿਆ ਕਿ ਦਾਨੀਅਲ ਨੇ ਨਾ ਕੀਤੀ ਪੀ ਨਾ ਚੜਾ ਉਹਦੇ ਸਾਹਮਣੇ ਬਲੀਆਂ ਚੜਾਈਆਂ ਜਾ ਰਹੀ ਪਰਮੇਸ਼ਵਰ ਇਸ ਤਰ੍ਹਾਂ ਦੀ ਮਾਣ ਤੁਹਾਨੂੰ ਦੇਣਾ ਇਹ ਚੀਜ਼ਾਂ ਆ ਮੰਗਣ ਵਾਲੀਆਂ ਉਸ ਤੋਂ ਆ ਚੀਜ਼ਾਂ ਮੰਗਣ ਵਾਲੀਆਂ ਪ੍ਰਭੂ ਇਸ ਤਰ੍ਹਾਂ ਦਾ ਮਾਣ ਦੇਣਾ ਮੰਗਦਾ ਅਸੀਂ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਹੀ ਫਸ ਕੇ ਰਹਿ ਜਾਂਦੇ ਹਾਂ ਸਾਰੀ ਉਮਰ ਉਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਲਈ ਰੋਂਦੇ ਲੰਘ ਜਾਂਦੇ ਹਾਂ ਪ੍ਰਭੂ ਬਹੁਤ ਕੁਝ ਦੇਣਾ ਮੰਗਦਾ ਅੱਗੇ ਦੇਖੋ ਰਾਜਾ ਨੇ ਦਾਨੀਅਲ ਨੂੰ ਕਿਹਾ ਤੇਰਾ ਪਰਮੇਸ਼ਰ ਸਭ ਦੇਵਤਿਆਂ ਤੋਂ ਵੱਡਾ ਹੈ ਅਤੇ ਉਹ ਸੰਸਾਰ ਦੇ ਸਭ ਰਾਜਿਆਂ ਦਾ ਪ੍ਰਭੂ ਹੈ ਉਹ ਸਭ ਰਹਸਾਵਾਂ ਨੂੰ ਉਹਨੂੰ ਪ੍ਰਗਟ ਕਰਦਾ ਹੈ ਅਤੇ ਇਸੇ ਕਾਰਨ ਮੈਂ ਜਾਣ ਗਿਆ ਹਾਂ ਕਿ ਕੇ ਤੂੰ ਇਸ ਭੇਤ ਨੂੰ ਪ੍ਰਗਟ ਕਰ ਸਕਿਆ ਫਿਰ ਰਾਜਾ ਨੇ ਦਾਨੀਅਲ ਨੂੰ ਬਹੁਤ ਸਾਰੀਆਂ ਵੱਡੀਆਂ ਸੁਗਾਤਾਂ ਅਤੇ ਆਦਰ ਦਿੱਤਾ ਉਸਨੇ ਦਾਨੀਅਲ ਨੂੰ ਬਾਬਲ ਸੂਬੇ ਦਾ ਰਾਜਪਾਲ ਤੇ ਸ਼ਾਹੀ ਸਲਾਹਕਾਰਾਂ ਦਾ ਪ੍ਰਧਾਨ ਬਣਾ ਦਿੱਤਾ ਦਾਨੀਅਲ ਨੇ ਰਾਜਾ ਦੇ ਅੱਗੇ ਬੇਨਤੀ ਕੀਤੀ ਕਿ ਰਾਜਾ ਸ਼ਦਰਕ ਮੇਸ਼ਕ ਅਬਦ ਨਗੋ ਨੂੰ ਬਾਬਲ ਸੂਬੇ ਦੇ ਜ਼ਿਲ੍ਹਿਆਂ ਦਾ ਅਧਿਕਾਰੀ ਬਣਾ ਦੇ ਜ਼ਿਲ੍ਹਿਆਂ ਦਾ ਅਧਿਕਾਰੀ ਬਣਾ ਦਾ ਦਾਨੀਅਲ ਆਪ ਦਰਬਾਰ ਦੇ ਵਿੱਚ ਹੀ ਰਿਆ ਕਿੱਡਾ ਵੱਡਾ ਮਾਣ ਇਸ ਬੰਦੇ ਨੂੰ ਕੁਝ ਨਹੀਂ ਦਿੱਤਾ ਸਭ ਸ਼ਾਹੀ ਸਲਾਹਕਾਰਾਂ ਦਾ ਪ੍ਰਦਾਨ ਯਾਨੀ ਕਿ ਜਿੰਨੇ ਜਿੰਨੇ ਦੇਸ਼ ਦੇ ਵਿੱਚ ਜਿੰਨੇ ਵੀ ਕੰਮ ਹੁੰਦੇ ਪਏ ਆ ਰਾਜਾ ਦੇ ਕੋਲ ਸਿਰਫ ਉਹ ਹੀ ਚੀਜ਼ ਜਾਣੀ ਆ ਜਿਹੜੀ ਜਿਹੜੀ ਕਿ ਜਿਹਦੇ ਤੇ ਸਿਰਫ ਰਾਜਾ ਦੇ ਸਾਈਨ ਹੋਣੇ ਜਾਂ ਉਸਦੀ ਮੋਹਰ ਲੱਗਣੀ ਆ ਸਾਰਾ ਕੁਸ਼ ਸਾਰਾ ਰਾਜ ਦੀ ਸੰਭਾਲ ਸਭ ਕੁਸ਼ ਕੀ ਹੋ ਰਿਹਾ ਬਾਬਲ ਬਾਬਲ ਕਿੱਥੇ ਤੱਕ ਉਦੋਂ ਫੈਲਿਆ ਸੀਗਾ ਨਕਸ਼ਾ ਦੇਖਿਓ ਬਾਬਲ ਕਿੱਥੇ ਤੱਕ ਫੈਲਿਆ ਸੀ ਹਿੰਦੁਸਤਾਨ ਤੱਕ ਬਾਬਲ ਦਾ ਰਾਜ ਫੈਲਿਆ ਸੀਗਾ ਉਹਦੀ ਸਿਰਫ ਮੋਹਰ ਲੱਗਦੀ ਸੀਗੀ ਰਾਜਾ ਦੀ ਜੇ ਦਾਨੀਅਲ ਨੇ ਕਹਿ ਦਿੱਤਾ ਕਿ ਆਹ ਕੰਮ ਏ ਠੀਕ ਆ ਉਹਨੇ ਕਹਣਾ ਓਕੇ ਦੱਸ ਦਾਨ ਪਰ ਕਿੰਨੇ ਗਿਫਟ ਦਿੱਤਾ ਉਸ ਨੂੰ ਅਸੀਂ ਪ੍ਰਾਣੇ ਨਿਯਮ ਚ ਦੇਖਦੇ ਪਏ ਹਾਂ ਅਸੀਂ ਇਨਸਾਨਾਂ ਨੂੰ ਦੇਖਿਆ ਲੇਕਿਨ ਇੱਕ ਛੋਟਾ ਜਿਹਾ ਹਿੱਸਾ ਮੈਂ ਤੁਹਾਡੇ ਅੱਗੇ ਪੜੂੰਗਾ ਉਹ ਹੈ ਜਿਸ ਵੇਲੇ ਅਸੀਂ ਆਉਨੇ ਆ 22 ਮਾ ਚੈਪਟਰ ਨੰਬਰਸ ਦਾ ਨੰਬਰਸ ਚੈਪਟਰ 22 ਉਸ ਦੀ 22 ਮੇ ਆਇਤੋ ਦੇਖੋ ਨੰਬਰਸ ਦਾ 22 ਮਾ ਪਾਵ ਗੈਂਤੀ ਗੈਂਤੀ ਉਸ ਦਾ 22ਵਾਂ ਭਾਵ ਉਸ ਦਾ ਇੱਕ ਹਿੱਸਾ ਪੜਾਂਗੇ ਔਰ ਉਸ ਦੇ ਵਿੱਚ ਦੇਖੋ ਵਿਖੋ ਦਾ ਬੰਦ ਇਹ ਗਿਫਟ ਉਸ ਨੇ ਸਭ ਲਈ ਰੱਖੇ ਹੋਆ ਪਰ ਪਰਮੇਸ਼ਰ ਹਾਂ ਪੜ ਲਓ ਕੋਈ ਕੱਢ ਲਓ ਕਿਸੇ ਨੂੰ ਪੰਨਾ ਮਿਲ ਗਿਆ ਦੱਸ ਦਵੇ 215 ਪੰਨਾ ਨਵੀਆਂ ਬਾਇਬ ਦਾ ਹੁਣ ਪ੍ਰਭੂ ਦੇ ਲੋਕ ਗੁਲਾਮੀ ਤੋਂ ਛੁਟਕਾਰਾ ਪਾ ਕੇ ਨਿਕਲ ਕੇ ਆ ਰਹੇ ਆ। ਔਰ ਜਿਹੜੇ ਜਿਸ ਵੇਲੇ ਉਹ ਉਥੋਂ ਦੀ ਆਪਣੇ ਆਪਣੇ ਉਹ 40 ਸਾਲਾਂ ਦੇ ਗੇੜੇ ਦੇ ਵਿੱਚ ਦੀ ਨੰਗਦੇ ਪਏ ਆ ਤੇ ਇੱਕ ਰਾਜਾ ਨੇ ਦੇਖ ਲਿਆ ਕਿ ਇਹ ਲੋਕ ਅੱਗੇ ਵੱਧ ਰਹੇ ਆ ਔਰ ਇਹਨਾਂ ਦੇ ਵੱਲ ਪਰਮੇਸ਼ਵਰ ਇਹਨਾਂ ਦੇ ਵੱਲ ਆਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ। ਬਲੀਆਮ ਨਾਂ ਦਾ ਉੱਥੇ ਇੱਕ نبی ਰਹਿੰਦਾ ਸੀ। ਉਸ ਨੂੰ ਉਸ ਨੂੰ ਬੁਲਾਇਆ ਉਸ ਨੂੰ ਪੈਸੇ ਦਿੱਤੇ ਕਿ ਤੂੰ ਇਹਨਾਂ ਲੋਕਾਂ ਨੂੰ ਸਰਾਫ ਦੇ ਬਲੀਆਮ ਨੇ ਪੈਸੇ ਲੈ ਲਏ ਤੁਰਪਿਆ ਭਾਈ ਮੀ ਆਧ ਦੇ ਵਿੱਚ ਦਿੱਤਾ ਕਿ ਪਰਮੇਸ਼ਵਰ ਦਾ ਬਲੀਆਮ ਦੇ ਉਹਨਾਂ ਦੇ ਨਾਲ ਜਾਣ ਦੇ ਕਾਰਨ ਗੁੱਸਾ ਭੜਕ ਉੱਠਿਆ ਇਸ ਲਈ ਜਦੋਂ ਬਲੀਆਮ ਆਪਣੇ ਨੌਕਰਾਂ ਦੇ ਨਾਲ ਆਪਣੀ ਗਧੇ ਉੱਤੇ ਬੈਠ ਕੇ ਜਾ ਰਿਹਾ ਸੀ ਤਾਂ ਪ੍ਰਭੂ ਦਾ ਸਵਰਗ ਦੂਤ ਆ ਕੇ ਉਸ ਦੇ ਰਾਹ ਦੇ ਵਿੱਚ ਖੜਾ ਹੋ ਗਿਆ ਗਦੀ ਸਵਰਗਦੂਤ ਨੂੰ ਆਪਣੇ ਹੱਥ ਦੇ ਵਿੱਚ ਤਲਵਾਰ ਲਈ ਖੜੇ ਦੇਖ ਕੇ ਰਾਹ ਤੋਂ ਰਾਹ ਤੋਂ ਹਟ ਕੇ ਖੇਤ ਦੇ ਵਿੱਚ ਜਾ ਬੜੀ ਪਰ ਬਲੀਆਮ ਨੇ ਆਪਣੀ ਗਦੀ ਨੂੰ ਮਾਰ ਕੇ ਫਿਰ ਰਾਤੇ ਲੈ ਕੇ ਆਇਆ ਪਰ ਸਵਰਗਦੂਤ ਨੇ ਫਿਰ ਰਾਤੇ ਇੱਕ ਤੰਗ ਹਿੱਸੇ ਦੇ ਵਿੱਚ ਖੜਾ ਹੋਇਆ ਜਿੱਥੇ ਇੱਕ ਪਾਸੇ ਅੰਗੂਰਾਂ ਦੀ ਬਾਗਿਚੀ ਸੀ ਤੇ ਦੂਜੇ ਪਾਸੇ ਕੰਧ ਗਦੀ ਇਸ ਵਾਰ ਫਿਰ ਸਵਰਗਦੂਤ ਨੂੰ ਦੇਖ ਕੇ ਕੰਧ ਦੇ ਵੱਲ ਹੋ ਗਈ ਅੱਗੇ ਵਧੀ ਜਿਸ ਕਾਹਨ ਬਲੀਆਮ ਦੇ ਪੈਰ ਨੂੰ ਰਗੜ ਲੱਗ ਗਈ ਬਲੀਆਮ ਨੇ ਇਸ ਵਾਰੀ ਆਪਣੀ ਗਧੀ ਨੂੰ ਮਾਰਿਆ ਪਰ ਸਵਰਗਦੂਤ ਨੇ ਤੀਜੀ ਵਾਰੀ ਰਾਹ ਦੇ ਵਿੱਚ ਖੜਾ ਹੋਇਆ ਤੇ ਇਸ ਵਾਰ ਰਾਹ ਬਹੁਤ ਹੀ ਤੰਗ ਸੀ ਜਿੱਥੋਂ ਦੀ ਅੱਗੇ ਪਿੱਛੇ ਨਹੀਂ ਜਾਇਆ ਜਾ ਸਕਦਾ ਸੀ ਗਧੀ ਸਵਰਗਦੂਤ ਨੂੰ ਦੇਖ ਕੇ ਬੈਠ ਗਈ ਇਹ ਦੇਖ ਕੇ ਬਲੀਆਮ ਦਾ ਗੁੱਸਾ ਭੜਕ ਉੱਠਿਆ ਅਤੇ ਉਹ ਗਧੀ ਨੂੰ ਆਪਣੀ ਲਾਠੀ ਦੇ ਨਾਲ ਮਾਰਨ ਲੱਗਾ ਤਦ ਪ੍ਰਭੂ ਨੇ ਗਧ ਨੂੰ ਬੋਲਣ ਦੀ ਸ਼ਕਤੀ ਦਿੱਤੀ। ਉਸਨੇ ਬਲੀਆਮ ਨੂੰ ਕਿਹਾ ਮੈਂ ਕੀ ਕੀਤਾ ਹੈ ਜੋ ਤੂੰ ਤਿੰਨ ਬਾਰ ਮੈਨੂੰ ਮਾਰਿਆ ਹੈ। ਬਲੀਆਮ ਨੇ ਉੱਤਰ ਦਿੱਤਾ ਕਿਉਂਕਿ ਤੂੰ ਮੈਨੂੰ ਮੂਰਖ ਬਣਾਇਆ। ਜੇਕਰ ਮੇਰੇ ਕੋਲ ਤਲਵਾਰ ਹੁੰਦੀ ਤਾਂ ਮੈਂ ਤੈਨੂੰ ਕਤਲ ਕਰ ਦਿੰਦਾ। ਪਰ ਗਧ ਨੇ ਕਿਹਾ ਮੈਂ ਕੀ ਮੈਂ ਉਹ ਹੀ ਗਧ ਨਹੀਂ ਹਾਂ ਜਿਸ 'ਤੇ ਤੂੰ ਜੀਵਨ ਭਰ ਸਵਾਰੀ ਕੀਤੀ ਹੈ। ਕਿ ਮੈਂ ਤੇਰੀ ਨਾਲ ਕਦੀ ਪਹਿਲੇ ਇਸ ਤਰ੍ਹਾਂ ਵਰਤਾਓ ਕੀਤਾ ਹੈ ਬਲੀਆਮ ਬੋਲਿਆ ਨਹੀਂ ਤਦ ਪ੍ਰਭੂ ਨੇ ਬਲੀਆਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੇ ਸਵਰਗ ਦੂਤ ਨੂੰ ਤਲਵਾਰ ਲਈ ਆਪਣੇ ਰਾਹ ਦੇ ਵਿੱਚ ਖੜੇ ਦੇਖਿਆ ਇਹ ਦੇਖ ਕੇ ਧਰਤੀ ਤੇ ਮੂੰਹ ਪਾਰ ਹੋ ਕੇ ਸਵਰਗ ਦੂਤ ਨੂੰ ਮੱਥਾ ਟੇਕਿਆ ਸਵਰਗ ਦੂਤ ਨੇ ਉਸ ਨੂੰ ਕਿਹਾ ਤੂੰ ਆਪਣੀ ਗਧੇ ਨੂੰ ਤਿੰਨ ਵਾਰ ਕਿਉਂ ਮਾਰਿਆ ਹੈ ਮੈਂ ਤੈਨੂੰ ਇਸ ਯਾਤਰਾ ਤੋਂ ਰੋਕਣ ਆਇਆ ਹਾਂ ਕਿਉਂਕਿ ਇਹ ਕਿਉਂਕਿ ਇਸ ਦਾ ਉਦੇਸ਼ ਪੜਾ ਹੈ ਪਰ ਤੇਰੀ ਗਦੀ ਨੇ ਮੈਨੂੰ ਦੇਖ ਲਿਆ ਅਤੇ ਮੈਨੂੰ ਰਾਹ ਦੇ ਵਿੱਚ ਖੜੀਆਂ ਦੇਖ ਕੇ ਤਿੰਨੇ ਬਾਰੇ ਤੇ ਤਿੰਨੇ ਬਾਰੇ ਅੱਗੋਂ हट ਗਈ ਨਹੀਂ ਤਾਂ ਹੁਣ ਤੱਕ ਤੂੰ ਮਾਰਿਆ ਜਾ ਚੁੱਕਾ ਹੁੰਦਾ ਇਹ ਗਦੀ ਬਚ ਗਈ ਹੁੰਦੀ ਬਲੀਆਮ ਨੇ ਉੱਤਰ ਦਿੱਤਾ ਮੈਂ ਪਾਪ ਕੀਤਾ ਹੈ ਕਿਉਂਕਿ ਮੈਂ ਜਾਣਦਾ ਨਹੀਂ ਸੀ ਕਿ ਤੂੰ ਮੇਰੇ ਅੱਗੇ ਖੜਾ ਹੈ ਹੁਣ ਜੇਕਰ ਮੇਰਾ ਇਹ ਯਾਤਰਾ ਤੇ ਜਾਣਾ ਬੁਰਾ ਹੈ ਤੇ ਮੈਂ ਵਾਪਸ ਮੁੜ ਜਾਂਦਾ ਸਰਦੂਤ ਨੇ ਕਿਹਾ ਨਹੀਂ ਤੂੰ ਇਹਨਾਂ ਲੋਕਾਂ ਦੇ ਨਾਲ ਜਾ ਪਰ ਤੂੰ ਉਹ ਹੀ ਬੋਲੀ ਜੋ ਮੈਂ ਤੈਨੂੰ ਦੱਸਾਂਗਾ ਸੁਬਲੀਆ ਉਹਨਾਂ ਲੋਕਾਂ ਦੇ ਨਾਲ ਗਿਆ ਪ੍ਰਭੂਤਾ ਬੰਦਾ ਆ ਪਿਆਸੇ ਦਾ ਲਾਲਚ ਜਿਹੜੀ ਦੇਖਣ ਵਾਲੀ ਗੱਲ ਆ ਤੇ ਦੇਖ ਗਦੀਨਾਰ ਗੱਲਾਂ ਕਿਦਾਂ ਕਰਦਾ ਪਿਆ ਜਦ ਸਾਰੀ ਉਮਰ ਜਾਨਵਰਾਂ ਨਾਲ ਗੱਲਾਂ ਕਰਦਾ ਹੁੰਦਾ ਗਦੀ ਦੇ ਨਾਲ ਬਹਿਸ ਦਾ ਪਿਆ ਅਜੀਬ ਚੀਜ਼ ਸੀ ਜੇ ਤੁਸੀਂ ਗਦੀ ਦੇ ਬੈਠੇ ਹੋਵੋ ਗਦੀ ਬੋਲੇ ਅੱਗੇ ਤੁਸੀਂ ਉਹਨਾਂ ਨਾਲ ਬਹਿਸ ਕਰੋਗੇ ਤੁਸੀਂ ਸਭ ਤੋਂ ਪਹਿਲੀ ਚੀਜ਼ ਦੇਖ ਹੀ ਦੇਖ ਕੇ ਹੈਰਾਨ ਹੋਵੋਗੇ ਕਿ ਤੂੰ ਕਿੱਦਾਂ ਬੋਲਦੀ ਪਈ ਆ ਇਹ ਕੀ ਹੋ ਗਿਆ ਗਦੀ ਕੋ ਬੋਲਦੀ ਪਈ ਆ ਉਹ ਗਦੀ ਨਾਲ ਬਹਿਸ ਦਾ ਪਿਆ ਐਨੇ ਕਾ ਇਨਸਾਨ ਦੀ ਮਤ ਐਨੇ ਕ ਮਤ ਆ ਸਾਡੀ ਪਰ ਦੇਖੋ ਜਿਸ ਲਈ ਪ੍ਰਭੂ ਦੇ ਲੋਕ ਨਹੀਂ ਨਾ ਮੰਗਦੇ ਜਿਸ ਲਈ ਪ੍ਰਭੂ ਦੇ ਲੋਕ ਉਸ ਦਾ ਗਿਫਟ ਨਹੀਂ ਲੈਣਾ ਮੰਗਦੇ ਉਹ ਫਿਰ ਜਾਨਵਰਾਂ ਨੂੰ ਵੀ ਦੇ ਦਿੰਦਾ ਇਸ ਤੋਂ ਪਹਿਲਾਂ ਜਿਹੜਾ ਗਿਫਟ ਤੁਹਾਡੇ ਲਈ ਉਸਨੇ ਰੱਖਿਆ ਮੇਰੇ ਲਈ ਉਸਨੇ ਰੱਖਿਆ ਉਹ ਹੈ ਗਿਫਟ ਆਫ ਸਪੀਕਿੰਗ ਪਰ ਉਹਨਾਂ ਜੋ ਸਾਨੂੰ ਸੁਬਹ ਸਮਾਚਾਰ ਦਿੱਤਾ ਗਿਆ ਦੱਸਿਆ ਗਿਆ ਉਸ ਨੂੰ ਬੋਲਣ ਦੇ ਲਈ ਵੀ ਮੰਗੀ ਹੈ ਔਰ ਇਹ ਵੀ ਮੰਗੀ ਹੈ ਕਿ ਖੁਦਾਵੰਦ ਤੂੰ ਉਸ ਦੇ ਨਾਲ ਸਾਡੇ ਸਾਡਿਆਂ ਹੱਥਾਂ ਦੇ ਵਿੱਚ ਆਪਣਾ ਅਚੰਭਾ ਪਾ ਇਹਨਾਂ ਹੱਥਾਂ 'ਚ ਆਪਣਾ ਅਚੰਭਾ ਪਾ ਅਸੀਂ ਤਾਂ ਇੱਕੋ ਹੀ ਗੱਲ ਤੇ ਅੜ ਗਏ ਸਿਰਫ ਬੋਲੀਆਂ ਦਾ ਇੱਕ ਗਿਫਟ ਲੈ ਕੇ ਬਸ ਉਹਨੂੰ ਹੀ ਆਪਾਂ ਉਹ ਉਹਨੂੰ ਹੀ ਲੈ ਕੇ ਲੜੀ ਜਾਂਦੇ ਸਾਰੇ ਇੱਕ ਦੂਜੇ ਨਾਲ ਚਰਚ ਹੁੰਦਾ ਸਤਿਆਨਾਸ਼ ਕਰ ਦਿੱਤਾ ਉਸ ਚੀਜ਼ ਨੇ ਇੱਕ ਨੇ ਉਹਨੂੰ ਲੈ ਕੇ ਬੈਠੇ ਖੁਦਾਬੰਦ ਕਿੱਦਾਂ ਦੀਆਂ ਚੀਜ਼ਾਂ ਦੇਣੀਆਂ ਮੰਗਦਾ ਕਿੱਦਾਂ ਦੀਆਂ ਚੀਜ਼ਾਂ ਸਾਨੂੰ ਦੇਣੀਆਂ ਮੰਗਦਾ ਅਸੀਂ ਮੰਗਦੇ ਨਹੀਂ ਅਸੀਂ ਲੈਂਦੇ ਹੀ ਨਹੀਂ ਉਹਦੇ ਤੋਂ ਅਸੀਂ ਉਹਨਾਂ ਚ ਆਪਣਾ ਸਾਰਾ ਸਮਾਂ ਨਗਾਹ ਦਿੰਨੇ ਆ ਜਿਹੜੇ ਉਸ ਪਾਸੇ ਵਾਲੇ ਦੇ ਆ ਉਹਨਾਂ ਉਸ ਪਾਸੇ ਦੀ ਬਹਿਸ ਦੇ ਵਿੱਚ ਸਾਰਾ ਸਮਾਂ ਨਗਾਹੀ ਜਾਂਦੇ ਆ ਜਿਹੜੇ ਉਸ ਪਾਸੇ ਦੇ ਖਿਲਾਫ ਆ ਉਹ ਆਪਣਾ ਸਾਰਾ ਸਮਾਂ ਉਹਦੇ ਵਿੱਚ ਨਗਾਹੀ ਜਾਂਦੇ ਆ ਇਸ ਵੇਸਟੇਜ ਆਫ ਟਾਈਮ ਇਸ ਵੇਸਟੇਜ ਆਫ ਟਾਈਮ ਜੇ ਅਸੀਂ ਆਪਣੇ ਆਪ ਨੂੰ ਅਵੇਲੇਬਲ ਨਹੀਂ ਕਰਾਂਗੇ ਪ੍ਰਭੂ ਨੇ ਆਪਣਾ ਕੰਮ ਕਰ ਲੈਣਾ ਉਸਨੇ ਆਪਣਾ ਕੰਮ ਕਰ ਲੈਣਾ ਉਸਨੇ ਜੇ ਉਸ ਦਾ ਬੰਦਾ ਉਹਦੇ ਦਿੱਤੇ ਹੋਏ ਸ਼ਬਦ ਬੋਲਣ ਦੇ ਲਈ ਤਿਆਰ ਨਹੀਂ ਸੀ ਉਸਨੇ ਗਧੇ ਨੂੰ ਬੁਲਾ ਦਿੱਤਾ ਦੂਸਰੀ ਚੀਜ਼ ਕਿੰਨੇ ਕਮਜ਼ੋਰਾਂ ਸੀ ਅਸੀਂ ਹਮੇਸ਼ਾ ਇਹ ਕਹਿੰਦੇ ਰਹੇ ਮੈਂ ਇਸ ਦੇ ਲਾਇਕ ਨਹੀਂ ਕਿੰਨੇ ਕੁ ਕਮਜ਼ੋਰ ਹਾਂ ਅਸੀਂ ਉਸ ਦੀ ਸ਼ਕਲ ਤੇ ਬਣਾ ਬਣਾਏ ਗਏ ਹਾਂ ਜਿਸ ਲਈ ਪਿਆਰੇ ਬਾਪ ਨੂੰ ਦੇਖੋਗੇ ਤੁਹਾਡੀ ਆਪਣੀ ਸ਼ਕਲ ਦਾ ਅਸੀਂ ਉਸ ਦੀ ਸ਼ਕਲ ਤੇ ਬਣਾਏ ਗਏ ਹਾਂ ਇਸ ਧਰਤੀ ਦੇ ਉੱਤੇ ਕਿੰਨੇ ਤਰ੍ਹਾਂ ਦੇ ਜਾਨਵਰ ਆ ਲੇਕਿਨ ਇੱਕ ਇਨਸਾਨ ਐਸਾ ਦੇਖੋ ਉਸ ਨੂੰ ਕਿਦਾਂ ਦੀ ਬੁੱਧ ਦਿੱਤੀ ਗਈ ਹੈ ਕਿੰਨੇ ਕੁ ਕਮਜ਼ੋਰ ਹਾਂ ਸੀ ਤੇ ਮੰਗੇ ਤੇ ਕੀ ਨਹੀਂ ਦੇਵੇਗਾ ਮੰਗੇ ਤੇ ਕੀ ਨਹੀਂ ਦੇਵੇਗਾ ਮੰਗੋ ਉਹ ਦਵੇਗਾ ਇੱਕ ਗਿਫਟ ਤੁਹਾਡੇ ਲਈ ਆ ਇਹ ਗਿਫਟ ਜੋ ਉਸਨੇ ਯੂਸਫ ਨੂੰ ਦਿੱਤਾ ਕਿ ਆਉਣ ਵਾਲੇ ਸਮੇਂ ਦੱਸ ਸਕੇ ਇਹ ਗਿਫਟ ਜੋ ਉਸਨੇ ਦਾਨੀਅਲ ਨੂੰ ਦਿੱਤਾ ਜਿਸ ਦਿਨ ਨਾਲ ਬਹੁਤੀਆਂ ਜਾਨਾਂ ਬਚ ਗਈਆਂ ਰਾਜਾ ਦੀ ਜਾਨ ਬਚ ਗਈ ਰਾਜਾ ਪਰਮੇਸ਼ਰ ਦੀ نزدیکی ਵੱਲ ਨੂੰ ਵੱਧ ਗਿਆ ਗਾਹ ਜਾ ਕੇ ਉਸਨੇ ਦਾਨੀਅਲ ਨੂੰ ਹੋਰ ਗਿਫਟ ਦੇਣ ਆ ਹੋਰ ਦਾਨੀਅਲ ਨੇ ਇਸ ਦੇ ਰਸਤੇ ਦੇ ਵਿੱਚ ਉਹਦੀ ਨੰਗਣਾ ਹੁਣ ਤਾਂ ਰਾਜਾ ਨੇ ਦਾਨੀਅਲ ਦੇ ਮੋਰੇ ਸਿਰ 'ਚ ਕਾਇਆ ਫੇਰ ਉਸਨੇ ਪ੍ਰਭੂ ਦੇ ਮੋਰੇ ਸਿਰ 'ਚ ਕਾਇਆ ਗਾਂ ਅਗਲਾ ਚੈਪਟਰ ਪੜ ਕੇ ਦੇਖਿਓ ਉਹ ਸਾਰਾ ਦਾ ਸਾਰਾ ਦਾਨੀਅਲ ਦੀ ਰਾਜਾ ਨਬੁਕਦਨਸਰ ਦੀ ਗਵਾਹੀ ਆ ਉਹ ਉਸਦੀ ਗਵਾਹੀ ਦਾ ਚੈਪਟਰ ਆ ਉਹ ਪੜ ਕੇ ਦੇਖਿਓ ਕਿ ਕਿਦਾਂ ਗਵਾਹੀ ਦਿੰਦਾ ਉਹ ਪਰਮੇਸ਼ਵਰ ਦੀ ਪਰਮੇਸ਼ਵਰ ਦੇ ਮੋਰੇ ਝੁਕ ਗਿਆ ਜਾਨਾਂ ਬਚਾਉਣ ਦੇ ਲਈ ਪ੍ਰਭੂ ਨੇ ਚੁਣ ਲਿਆ ਜਾਨਾਂ ਬਚਾ ਦਿੱਤੀਆਂ ਤੀਸਰੇ ਗਿਫਟ ਦੇ ਵਿੱਚ ਤੀਸਰਾ ਅਸੀਂ ਦੇਖਦੇ ਪਏ ਆ ਜੇ ਇਨਸਾਨ ਲੈਣ ਨੂੰ ਤਿਆਰ ਨਹੀਂ ਸੀ ਤਾਂ ਉਸਨੇ ਪਹਿਲਾਂ ਉਸੇ ਗਧੇ ਦੀਆਂ ਅੱਖਾਂ ਵੀ ਖੋਲਤੀਆਂ ਉਹਦਾ ਮੂੰਹ ਵੀ ਖੋਲ ਦਿੱਤਾ ਤਾਂ ਕਿ ਉਸ ਦਾ نبی ਉਹੀ ਕੰਮ ਕਰੇ ਜਿਸ ਤੇ ਲਈ ਉਹ ਚੁਣਿਆ ਗਿਆ ਖੁਦਾਬੰਦ ਤੁਹਾਨੂੰ ਸਭ ਨੂੰ ਬਰਕਤ ਦੇਵੇ ਔਰ ਤੁਹਾਨੂੰ ਆਪਣੇ ਗਿਫਟਾਂ ਦੇ ਨਾਲ ਭਰਪੂਰ ਕਰੇ ਅਗਲੇ ਹਫਤੇ ਅਸੀਂ ਇਸ ਸਰਮਨ ਨੂੰ ਕੰਟੀਨਿਊ ਰੱਖਾਂਗੇ ਔਰ ਅਸੀਂ ਦੇਖਾਂਗੇ ਖੁਦਾਵੰਦ ਨੇ ਸਾਡੇ ਲਈ ਕੀ ਰੱਖਿਆ ਆਓ ਦੁਆ ਕਰੀਏ ਔਰ ਉਸ ਤੋਂ ਬਰਕਤ ਮੰਗੀਏ ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ ਜੋ ਸ਼ਬਦ ਅਸੀਂ ਸੁਣੇ ਪ੍ਰਭੂ ਜੀ ਜੋ ਸ਼ਬਦ ਮੇਰੇ ਵੱਲੋਂ ਸੀ ਤੇਰੇ ਬੱਚਿਆਂ ਨੂੰ ਯਾਦ ਤੱਕ ਨਾ ਰਹਿਣ ਪਰ ਜੋ ਸ਼ਬਦ ਤੇਰੇ ਵੱਲੋਂ ਸੀ ਖੁਦਾਵੰਦ ਤੇਰੇ ਬੱਚੇ ਉਸ ਨੂੰ ਲੈ ਕੇ ਮਾਲਾ ਮਾਲ ਹੋਣ ਔਰ ਖੁਦਾਵੰਦ ਤੇਰੀ ਸ਼ਬਦਾਂ ਨੂੰ ਅੱਗੇ ਲੈ ਕੇ ਜਾਣ ਸਾਨੂੰ ਮੰਗਣਾ ਸਿਖਾ ਤੇਰੇ ਮਿੱਠੇ ਪਿਆਰੇ ਯਿਸੂ ਨਾਮ 'ਚ ਆਮਨ ਆਓ ਗੀਤ ਦੇ ਰਹੀ ਪ੍ਰਭੂ ਦੇ ਨਾਮ ਨੂੰ ਉੱਚਾ ਤਾਰੀ ਤਾਰੀ ਮਿਲ ਕੇ ਕਰੇ ਸਾਰੇ ਤਾਰ

اپنی کانفرنس ਆ ਰਹੀ ਆ ਕੀ ਐ ਸਾਲ ਦਾ ਐ ਸਾਲ ਦਾ ਕੀ ਆਪਣਾ تھیਮ ਆ 81 10 ਕੀ ਲਿਖਿਆ ਉਥੇ ਤੂੰ ਆਪਣਾ ਮੂੰਹ ਖੂਬ ਖੋਲ ਕੇ ਮੈਂ ਉਸ ਨੂੰ ਤਰੀਕਾ ਕਿਹੜੀਆਂ اگਸਟ 17 18 19 ਤੂੰ ਆਪਣਾ ਮੂੰਹ ਖੂਬ ਖੋਲ ਦੁਆ ਦੇ ਲਈ ਮੈਂ ਉਸ ਨੂੰ ਪੜ ਦਊਂਗਾ ਤਿੰਨ ਪੱਖ ਤੂੰ ਆਪਣਾ ਮੂੰਹ ਖੂਬ ਖੋਲ ਦੁਆ ਦੇ ਲਈ ਮੈਂ ਉਸ ਨੂੰ ਪੜ ਦਊਂਗਾ ਤੂੰ ਆਪਣਾ ਮੂੰਹ ਖੂਬ ਖੋਲ ਸ਼ੁਕਰਗੁਜ਼ਾਰੀ ਦੇ ਲਈ ਮੈਂ ਉਸ ਨੂੰ ਪੜ ਦਊਂਗਾ ਤੂੰ ਆਪਣਾ ਮੂੰਹ ਖੂਬ ਖੋਲ ਮੇਰਾ ਨਾਮ ਕਿਸੇ ਨੂੰ ਦੱਸਣ ਦੇ ਲਈ ਮੈਂ ਉਸ ਨੂੰ ਪੜ ਦਊਂਗਾ ਓਪਨ ਯੂਰ ਮਾਉਥ ਵਾਈਡ ਐਂਡ ਆਈ ਵਿਲ ਫਿਲ ਇਟ ਥੈਟਸ ਥੈਟਸ ਵਾਟ ਦ ਲਾਰਡਸ ਪ੍ਰੋਮਿਸਸਸ open your mouth wide do what prayer praise proclaim ਇਹ ਸਾਡਾ تھیਮ ਆ ਕਾਨਫਰੰਸ ਦਾ ਅਗਰ ਖੁਦਾਵੰ ਤੁਹਾਨੂੰ ਕੋਈ ਵਿਚਾਰ ਦਿੰਦਾ ਔਰ ਤੁਸੀਂ ਮੰਗਦੇ ਕਿ ਮੈਨੂੰ 510 ਮਿੰਟ ਚਾਹੀਦੇ ਆ ਔਰ ਮੈਂ ਖੜਾ ਹੋ ਕੇ ਸ਼ੁਕਰਗੁਜ਼ਾਰੀ ਕਰਨੀ ਮੰਗਦਾ ਜਾਂ ਉਸਦੇ ਬਚਨ ਨੂੰ ਸੁਣਾਉਣਾ ਮੰਗਦਾ ਜਾਂ ਮੈਂ ਦੁਆ ਦੇ ਲਈ ਆਪਣੇ ਆਪ ਨੂੰ ਕਿਸੇ ਦੇ ਲਈ ਦੁਆ ਖੜਾ ਹੋ ਕੇ ਕਰਨਾ ਮੰਗਦਾ ਪਲੀਜ਼ ਲੈਟ ਮੀ ਨੋ ਸਾਡੇ ਕੋਲ ਬਹੁਤ ਸਮਾਂ ਪਿਆ ਬਹੁਤ ਸਮਾਂ ਹੋਣਾ ਮੈਂ ਤੁਹਾਨੂੰ ਹਰੇਕ ਨੂੰ ਮੈਂ ਸਮਾਂ ਦੇਣ ਦੇ ਲਈ ਤਿਆਰ ਆ ਅਗਰ ਕੋਈ ਵੀ ਮੇਰੇ ਕੋ ਆਏਗਾ আর ਸਮਾਂ ਮੰਗੇਗਾ ਅਗਰ ਕੋਈ ਟੈਸਟਮੋਨੀ ਦੇਣੀ ਮੰਗਦਾ ਕੋ ਸ਼ੁਕਰਗੁਜ਼ਾਰੀ ਕਰਨੀ ਮੰਗਦਾ ਕਿਸੇ ਵੀ ਤਰ੍ਹਾਂ ਮੈਂ ਤੁਹਾਨੂੰ ਸਮਾਂ ਦਊਂਗਾ ਆਪਣਾ ਲਿਖ ਲਓ ਮੈਂ ਜ਼ਰੂਰ ਕਹੂੰਗਾ ਲਿਖ ਕੇ ਤਿਆਰੀ ਕਰਕੇ ਆਇਓ ਤਾਂ ਕਿ ਅਸੀਂ ਪ੍ਰਭੂ ਦੇ ਨਾਂ ਨੂੰ ਧੰਨ ਕਹਿ ਸਕੀਏ ਰਿਮੈਂਬਰ ਮੈਂ ਬਹੁਤੇ ਲੋਕ ਇਹ ਕਹਿੰਦੇ ਮੈਂ ਬੋਲ ਨਹੀਂ ਸਕਦਾ ਅਗਰ ਉਹ ਗਦੀ ਨੂੰ ਬੁਲਾ ਸਕਦਾ ਤੇ ਉਹ ਕਿਸੇ ਨੂੰ ਵੀ ਬੁਲਾ ਸਕਦਾ ਆਮਨ ਪਰ ਗਦੀ ਦੇ ਨਾਲ ਬਹਿਸ ਨਹੀਂ ਕਰਨੀ ਹਾਂ ਉਹਨਾਂ ਬਹਿਸ ਨਹੀਂ ਕਰਨੀ ਜੇ ਗਦੀ ਬੋਲੇ ਤਾਂ ਫਿਰ ਸੱਚਮੁੱਚ ਮੈਂ ਕਹਿੰਦਾ ਸੱਚਮੁੱਚ ਹੱਥ ਜੋੜ ਲੈਣੇ ਕੋ ਪ੍ਰਭੂ ਦਾ ਇੱਥੇ ਕੁਝ ਹੈ ਇੱਥੇ ਪ੍ਰਭੂ ਦੀ ਹਜ਼ੂਰੀ ਹੈ ਗਦੀ ਨਾਲ ਬੈਸਣਾ ਨਹੀਂ ਆਮਨ ਆਓ ਖੜੇ ਹੋਵੋ ਆਪਣੀ ਬਰਕਤ ਲਓ ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਆ ਤੇਰੀ ਦਇਆ ਤੇਰੇ ਰਹਿਣ ਦੇ ਲਈ ਜਦ ਤੂੰ ਕਿਆ ਸੀ ਖੁਦਾਵੰਦ ਕਿ ਮੈਂ ਮਦਦਗਾਰ ਦੇਵਾਂਗਾ ਤੇ ਸੱਚਮੁੱਚ ਤੂੰ ਉਹ ਮਦਦਗਾਰ ਸਾਨੂੰ ਦਿੱਤਾ ਜੋ ਜਿਸ ਦਾ ਨਾਮ ਪ੍ਰਭੂ ਜੀ ਅਸੀਂ ਵੱਡੇ ਵੱਡੇ ਨਵੀਆਂ ਦੇ ਨਾਲ ਲੈਨੇ ਆ ਪੁਰਾਣੇ ਨਿਯਮ ਚ ਵੱਡੇ ਵੱਡੇ ਨਵੀਆਂ ਨੂੰ ਤੂੰ ਇੱਕ ਗਿਫਟ ਦਿੱਤੇ ਪਰ ਤੇਰਾ ਸ਼ੁਕਰ ਆ ਪ੍ਰਭੂ ਜੀ ਅੱਜ ਦੇ ਦਿਨ ਤੂੰ ਪਵਿੱਤਰ ਆਤਮਾ ਸਭ ਤੇ ਨਿਸ਼ਾਵਰਕ ਤੂ ਸਭ ਨੂੰ ਦੇਣ ਦੇ ਲਈ ਤਿਆਰ ਪਰ ਪ੍ਰਭੂ ਜੀ ਸਾਡੇ ਤੇ ਰਹਿਮ ਕਰ ਸਾਡੇ ਸਾਡੇ ਅੰਦਰਾਂ ਨੂੰ ਵਧਾ ਸਾਡੀ ਕਪੈਸਿਟੀ ਨੂੰ ਵਧਾ ਸਾਨੂੰ ਮੰਗਣਾ ਸਿਖਾ ਕਿ ਅਸੀਂ ਖੁਦਾਵੰਦ ਤੇਰੀਆਂ ਦਾਤਾਂ ਮੰਗੀਏ ਔਰ ਉਸ ਦੇ ਨਾਲ ਤੇਰੇ ਵੱਡੇ ਕੰਮ ਕਰੀਏ ਅਸੀਂ ਜੀਵਨ ਦੀਆਂ ਛੋਟੀਆਂ-ਛੋਟੀਆਂ ਸਟਰਗਲਾਂ ਦੇ ਵਿੱਚੋਂ ਪ੍ਰਭੂ ਜੀ ਨਿਕਲ ਗਏ ਔਰ ਆਪਣਾ ਧਿਆਨ ਧਿਆਨ ਤੇਰਿਆਂ ਕੰਮਾਂ ਦੇ ਵੱਲ ਲਾਈਏ ਸਾਨੂੰ ਮੰਗਣਾ ਸਿਖਾ ਤੇਰੇ ਮਿੱਠੇ ਪਿਆਰੇ ਯਿਸੂ ਨਾਮ ਚ ਮੰਗਦੇ ਹਾਂ ਔਰ ਸਾਰੀ ਸੰਗਤ ਕਹੇ ਖੁਦਾਵਾਨ ਤੁਹਾਨੂੰ ਆਪਣੀ ਸ਼ਾਂਤੀ ਦਏ ਆਪਣਾ ਰਹਿਮ ਤੁਹਾਡੇ ਨਾਲ ਬਣਾ ਕੇ ਰੱਖੇ ਆਪਣੀ ਕਿਰਪਾ ਦੇ ਵਿੱਚ ਤੁਹਾਨੂੰ ਸੰਭਾਲ ਕੇ ਰੱਖੇ ਛੋਟੇ ਰਸਤੇ ਤੇ ਤੁਹਾਨੂੰ ਚਲਾਏ ਇਹ ਮੇਰੀ ਦੁਆ ਹੈ ਬਿਹੇ ਪਿਆਰੇ ਬਾਪ ਪਵਿੱਤਰ ਆਤਮਾ ਦੀ ਭਰਪੂਰੀ ਦੇ ਨਾਲ ਤੋਂ ਸਾਨੂੰ ਬਣਾ ਕੇ ਰੱਖੀ ਬੇਟੇ ਦਾ ਸਾਥ ਦੇ ਕੇ ਰੱਖੀ ਪਿਆਰੇ ਬਾਪ ਤੇਰੀ ਨਿਗਾਹਬਾਨੀ ਸਾਡੇ ਤੇ ਲੱਗੀ ਰਹੇ ਸਾਨੂੰ ਬੁਰੇ ਔਰ ਬਰਾਈ ਤੋਂ ਬਚਾਈ ਸਾਨੂੰ ਆਪਣੇ ਆਪ ਤੋਂ ਬਚਾਈ ਔਰ ਪ੍ਰਭੂ ਜੀ ਆਪਣਾ ਆਪ ਤੂੰ ਸਾਨੂੰ ਦੇਖ ਕੇ ਰੱਖੀ ਯਸੂ ਤੂੰ ਸਾਨੂੰ ਦੇਖ ਕੇ ਰੱਖੀ हे ਪ੍ਰਭੂ ਜੀ ਹੁਣ ਅਸੀਂ ਬੈਠਾਂਗੇ ਔਰ ਪ੍ਰਭੂ ਜੀ ਗੱਲਬਾਤ ਕਰਾਂਗੇ ਸਾਡੀ ਗੱਲਬਾਤ ਤੇ ਤੂੰ ਹੋਈ ਤੇਰਾ ਨਾਮ ਉੱਚਾ ਹੋਈ हे ਪ੍ਰਭੂ ਜੀ ਮੈਂ ਦੁਆ ਕਰਦਾ ਤੇਰੀ ਸ਼ਾਂਤੀ ਸਾਡੇ ਨਾਲ ਬਣੀ ਰਹੇ ਜੋ ਭੈਣ ਭਰਾ ਪ੍ਰਭੂ ਜੀ ਆਪਣੀ ਕਮਾਈ ਚ ਤੇਰੇ ਘਰ ਦੇ ਲਈ ਲੈ ਕੇ ਆਏ ਆ ਖੁਦਾਮਨ ਤੂੰ ਉਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਈ ਉਹਨਾਂ ਦੇ ਤੁਹਾਨੂੰ ਸਹੀ ਇਸਤੇਮਾਲ ਕਰੀ हे खुदावान तू ਸਭ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੀ। हे खुदावान ਸਾਡੇ ਹੱਥ ਤੇਰੇ ਮੋਹਰੇ ਅੱਡੇ ਰਹਿਣ ਔਰ ਹਮੇਸ਼ਾ ਦਿੰਦੇ ਰਹਿ। ਤੇਰੇ ਮਿੱਠੇ ਪਿਆਰੇ ਯਸੂ ਨਾਮ ਚ ਮੰਗਦੇ ਔਰ ਸਾਰੀ ਸੰਗਤ ਕੈ। ਖੁਦਾਮਨ ਤਾਨੂੰ ਬਰਕਤ ਦੈ, ਆਪਣੀ ਸ਼ਾਂਤੀ ਦੈ ਔਰ ਆਪਣਾ ਆਰਾਮ ਬਖਸ਼ੀ। ਬles